नॉर्थ अमेरिका ਦੇ ਵਿੱਚ ਵਸਦੇ ਸਾਰੇ ਦਰਸ਼ਕਾਂ ਨੂੰ ਪਿਆਰ ਅਤੇ ਅਦਬ ਸਹਿਤ ਸਤਿ ਸ੍ਰੀ ਅਕਾਲ। ਮੈਂ ਹਾਂ ਤੁਹਾਡੇ ਨਾਲ ਹਰਕੀਰਤ ਸਿੰਘ ਆਲੂਵਾਲੀਆ। ਸਾਰਿਆਂ ਦਾ ਸਵਾਗਤ ਹੈ ਜੀ ਇਸ ਮੰਚ ਦੇ ਉੱਤੇ। ਔਰ ਕੋਸ਼ਿਸ਼ ਹੁੰਦੀ ਹੈ ਇਸ ਮੰਚ ਦੇ ਉੱਤੇ ਜਿਹੜੇ ਮਸਲੇ ਇਸ ਟਾਈਮ ਵਿਸ਼ਵ ਦੇ ਵਿੱਚ ਹਾਵੀ ਹੋਏ ਹੋਏ ਨੇ ਉਹਨਾਂ ਮਸਲਿਆਂ ਦੇ ਉੱਤੇ ਅਸੀਂ ਗੱਲ ਕਰੀਏ। ਵਿਸ਼ਵ ਤੋਂ ਇਲਾਵਾ ਮਸਲੇ ਜਿਹੜੇ ਸਾਡੀ ਕਰਮ ਭੂਮੀ ਤੇ ਸਾਡੀ ਜਨਮ ਭੂਮੀ ਦੇ ਵਿੱਚ ਵੀ ਹਾਵੀ ਹੋਏ ਹੋਏ ਨੇ ਉਹਨਾਂ ਦੀ ਵੀ ਗੱਲ ਅਸੀਂ ਕਰਦੇ ਹਾਂ। ਲੇਕਿਨ ਅੱਜ ਮੈਂ ਤੁਹਾਨੂੰ ਲੈ ਕੇ ਜਾ ਰਿਹਾ ਜੀ ਸਾਡੀ ਜਨਮ ਭੂਮੀ ਪੰਜਾਬ, ਜਿੱਥੇ ਮਸਲਾ ਸਭ ਤੋਂ ਜ਼ਿਆਦਾ ਇਸ ਟਾਈਮ ਗਰਮਾਇਆ ਹੋਇਆ। ਔਰ ਉਸ ਮਸਲੇ ਦੇ ਉੱਤੇ ਵਿਚਾਰ ਕਰਨਾ ਸਾਡੀ ਜ਼ਿੰਮੇਵਾਰੀ ਹੈ। ਔਰ ਇਹ ਮੁੱਦਾ ਕਿੰਨਾ ਕੁ ਗੰਭੀਰ ਹੈ ਤੁਸੀਂ ਵੀ ਜਾਣਦੇ ਹੋ। ਲੰਬੇ ਸਮੇਂ ਤੋਂ ਪੰਜਾਬ ਦੀ ਰਾਜਨੀਤੀ ਦੀ ਗੱਲ ਕਰਦੇ ਹਾਂ ਤਾਂ ਕਈ ਸਾਰੀਆਂ ਖਬਰਾਂ ਸਰਗਰਮੀਆਂ ਪੰਜਾਬ ਤੋਂ ਸੱਤ ਸਮੁੰਦਰ ਪਾਰ ਇੱਥੇ ਪਹੁੰਚਦੀਆਂ ਹਨ। ਉਹਨਾਂ ਵਿੱਚੋਂ ਹਾਲ ਫਿਲਹਾਲ ਦੇ ਵਿੱਚ ਨਵੀਂ ਪਾਰਟੀ ਜਿਹੜੀ ਹੈਗੀ ਹੈ ਸ਼੍ਰੋਮਣੀ ਅਕਾਲੀ ਦਲ ਸੁਖਦੇਵ ਸਿੰਘ ਢੀਂਡਸਾ ਵੱਲੋਂ ਜਿਹੜੀ ਬਣਾਈ ਗਈ ਉਹਦੀ ਖਬਰ ਸਾਡੇ ਕੋਲ ਇੱਥੇ ਪਹੁੰਚੀ ਸੱਤ ਸਮੁੰਦਰ ਪਾਰ। ਉਹਨੂੰ ਲੈ ਕੇ ਕਈ ਸਾਰੀ ਡਿਬੇਟਸ ਹੋਈਆਂ, ਪ੍ਰਤੀਕ੍ਰਮ ਤੰਜ ਕੱਸੇਗਾ ਇੱਕ ਦੂਜੇ ਦੇ ਉਸੇ। ਪਰ ਉਸ ਤੋਂ ਇਲਾਵਾ ਅਗਰ ਮੈਂ ਤੁਹਾਨੂੰ ਯਾਦ ਦਿਲਾ ਦੇਵਾਂ, 12 ਨਵੰਬਰ 2018 ਅਗਰ ਤੁਹਾਨੂੰ ਤਰੀਕ ਯਾਦ ਹੋਣੀ ਹੈ ਤਾਂ 12 ਨਵੰਬਰ 2018 ਨੂੰ ਸ਼੍ਰੋਮਣੀ ਅਕਾਲੀ ਦਲ ਬਾਦਲ ਪਾਰਟੀ ਦੇ ਵਿੱਚ ਹਲਚਲ ਹੁੰਦੀ ਹੈ। ਔਰ ਉਸ ਪਾਰਟੀ ਦੇ ਵਿੱਚ ਹਲਚਲ ਹੋਣ ਦਾ ਕਾਰਨ ਇਹ ਹੁੰਦਾ ਕਿ ਜਿਹੜੇ ਵੱਡੇ ਸੀਨੀਅਰਸ ਲੀਡਰ ਨੇ, ਯਾਨੀ ਕਿ ਜਿਹੜਾ ਨੇ ਸ਼੍ਰੋਮਣੀ ਅਕਾਲੀ ਦਲ ਦੀ ਸ਼ੁਰੂਆਤ ਕੀਤੀ, ਉਹਨਾਂ ਨੂੰ ਐਕਸਪੈਲ ਕੀਤਾ ਜਾਂਦਾ, ਉਹਨਾਂ ਨੂੰ ਪਾਰਟੀ ਤੋਂ ਬਾਹਰ ਦਾ ਰਸਤਾ ਵਿਖਾਇਆ ਜਾਂਦਾ, ਜਿਹਦੇ ਵਿੱਚ ਰਣਜੀਤ ਸੁਖਦੇਵ ਸਿੰਘ ਢੀਂਡਸਾ ਤੋਂ ਇਲਾਵਾ ਰਣਜੀਤ ਸਿੰਘ ਬ੍ਰਹਮਪੁਰਾ ਅਤੇ ਕਈ ਹੋਰ ਜਿਹੜੇ ਸੀਨੀਅਰ ਲੀਡਰਸ ਨੇ ਬਕਾਇਦਾ 12 ਨਵੰਬਰ 2018 ਨੂੰ ਉਹਨਾਂ ਨੂੰ ਕਿਹਾ ਜਾਂਦਾ ਕਿ ਤੁਹਾਡੀ ਪਾਰਟੀ ਨੂੰ ਹੁਣ ਲੋੜ ਨਹੀਂ। ਕਿਉਂ ਉਹਨਾਂ ਨੂੰ ਕਿਹਾ ਜਾਂਦਾ ਕਿ ਪਾਰਟੀ ਨੂੰ ਤੁਹਾਡੀ ਲੋੜ ਨਹੀਂ? ਉਹਨਾਂ ਵਿੱਚੋਂ ਇੱਕ ਲੀਡਰ ਜਿਨ੍ਹਾਂ ਨੇ ਕਾਫੀ ਲੰਬਾ ਸਮਾਂ ਪੰਜਾਬ ਦੀ ਸਿਆਸਤ ਦੇ ਵਿੱਚ ਆਪਣੀ ਸਿਆਸਤ ਦੇ ਸਦਕਾ ਉਹਨਾਂ ਨੇ ਦਿੱਤਾ 1977 ਤੋਂ ਲੈ ਕੇ ਹੁਣ ਤੱਕ ਉਹਨਾਂ ਦੀ ਜਿਹੜੀ ਸਿਆਸਤ ਹੈਗੀ ਹੈ ਪੰਜਾਬ ਦੇ ਵਿੱਚ ਉਹ ਬਹੁਤ ਲੰਬੇ ਸਮੇਂ ਤੋਂ ਸਾਹਮਣੇ ਵੀ ਰਹੀ ਔਰ ਲੋਕਾਂ ਦੇ ਵਿੱਚ ਵੀ ਗਈ। ਸ਼੍ਰੋਮਣੀ ਅਕਾਲੀ ਦਲ ਤੋਂ ਉਹਨਾਂ ਨੂੰ ਪਹਿਲਾਂ MLA ਚੁਣਿਆ ਗਿਆ ਔਰ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੇ ਵਿੱਚ ਉਹਨਾਂ ਨੇ ਕੈਬਨਿਟ ਮਿਨਿਸਟਰੀ ਵੀ ਜਿਹੜੀ ਹੈਗੀ ਉਹ ਵੀ ਸੰਭਾਲੀ। 2014 ਦੇ ਵਿੱਚ ਉਹਨਾਂ ਨੂੰ ਖਡੂਰ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਤੋਂ ਟਿਕਟ ਮਿਲਦੀ ਹੈ ਔਰ ਬਕਾਇਦਾ ਚੋਣ ਜਿੱਤਦੇ ਵੀ ਹਨ। ਪਰ 12 ਨਵੰਬਰ 2018 ਨੂੰ ਉਹਨਾਂ ਨੂੰ ਪਾਰਟੀ ਤੋਂ ਬਾਹਰ ਦਾ ਰਸਤਾ ਵਿਖਾਇਆ ਜਾਂਦਾ। ਜੀ ਹਾਂ, ਬਿਲਕੁਲ ਮੈਂ ਠੀਕ ਗੱਲ ਕਰ ਰਿਹਾ। ਰਣਜੀਤ ਸਿੰਘ ਬ੍ਰਹਮਪੁਰਾ ਹੋਰਾਂ ਦੀ ਅੱਜ ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚੋਂ ਮੌਜੂਦ ਰਹਿਣਗੇ। ਉਹਨਾਂ ਨਾਲ ਖਾਸ ਗੱਲਬਾਤ ਕਰਾਂਗੇ, ਉਹਨਾਂ ਤੋਂ ਜਾਣਨ ਦੀ ਕੋਸ਼ਿਸ਼ ਕਰਾਂਗੇ ਕੀ ਹਨ ਪੰਜਾਬ ਦੇ ਮੁੱਦੇ ਔਰ ਕਿਵੇਂ ਆਉਣ ਵਾਲੇ ਸਮੇਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਗੱਲ ਹੋ ਰਹੀ ਹੈ। ਬਾਦਲ ਇੱਕ ਧੜਾ ਜਿਹੜਾ ਨਵਾਂ ਸਾਹਮਣੇ ਲੰਬੇ ਸਮੇਂ ਤੋਂ ਹੈ, ਇੱਕ ਨਵਾਂ ਜਿਹੜਾ ਧੜਾ ਸਾਹਮਣੇ ਆ ਚੁੱਕਿਆ ਸੁਖਦੇਵ ਸਿੰਘ ਢੀਂਡਸਾ ਹੋਰਾਂ ਦਾ ਗੁੱਟ। ਪਰ ਸੁਖਦੇਵ ਸਿੰਘ ਢੀਂਡਸਾ ਹੋ ਰਹੀ ਪਹਿਲੇ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਜਿਹੜੇ ਨੇ ਉਹਨਾਂ ਦੇ ਨਾਲ ਹੀ ਸੀਗੇ, ਪਰ ਅਜਿਹੀ ਕੀ ਮਜਬੂਰੀ ਹੋਈ ਕਿ ਉਹਨਾਂ ਨੂੰ ਨਵੀਂ ਪਾਰਟੀ ਬਣਾਉਣੀ ਪਈ ਔਰ ਰਣਜੀਤ ਸਿੰਘ ਬ੍ਰਹਮਪੁਰਾ ਹੋਰਾਂ ਨੂੰ ਫੇਵਰ ਦੇ ਵਿੱਚ ਨਹੀਂ ਲਿੱਤਾ ਗਿਆ, ਉਹਨਾਂ ਦੀ ਪੁੱਛਗਿੱਛ ਨਹੀਂ ਹੋਈ। ਮੈਂ ਇਸ ਮੰਚ ਦੇ ਉੱਤੇ ਸਵਾਗਤ ਕਰਨਾ ਚਾਹੁੰਦਾ, ਨਿੱਘਾ ਸਵਾਗਤ ਕਰਦਾ ਰਣਜੀਤ ਸਿੰਘ ਬ੍ਰਹਮਪੁਰਾ ਸਾਹਿਬ ਦਾ ਔਰ ਫਤਿਹ ਦੀ ਸਾਂਝ ਉਹਨਾਂ ਨਾਲ ਪਾਉਂਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬ੍ਰਹਮਪੁਰਾ ਸਾਹਿਬ, ਸਭ ਤੋਂ ਪਹਿਲਾਂ ਤਾਂ ਮੈਂ ਜਾਣਨਾ ਚਾਹਾਂਗਾ ਪੰਜਾਬ ਦੇ ਹਾਲਾਤ ਕੀ ਨੇ, ਕੋਵਿਡ-19 ਨੂੰ ਲੈ ਕੇ ਕੀ ਕੁਝ ਸਰਗਰਮੀਆਂ ਉੱਥੇ ਹੋ ਰਹੀਆਂ ਹਨ ਔਰ ਕਿਵੇਂ ਹਾਕਮ ਸਰਕਾਰ ਜਿਹੜੀ ਹੈ, ਕੈਪਟਨ ਸਰਕਾਰ, ਉਹ ਕੰਮ ਕਰ ਰਹੀ ਹੈ। ਦੇਖੋ ਜੀ, ਤਕਰੀਬਨ ਇਹਦੀ ਮਹਾਮਾਰੀ ਆ ਪੰਜਾਬ ਦੇ ਵਿੱਚ ਆਈ, ਸਾਰੇ ਸੰਸਾਰ ਦੇ ਵਿੱਚ ਬਹੁਤ ਵੱਡੀ ਤਬਾਹੀ ਜਿਹੜੀ ਕੀਤੀ ਆ ਲੋਕਾਂ ਦੇ ਕਾਰੋਬਾਰ, ਜਿਹੜੇ ਗਰੀਬ ਲੋਕ ਕਮਾਉਂਦੇ ਸੀਗੇ, ਰਾਤ ਖਾਂਦੇ, ਉਹਨਾਂ ਦੇ ਸਟੋਰ ਹੋ ਗਈ, ਰੁਜ਼ਗਾਰ ਜਿਹੜਾ ਵਾ ਉਹ ਖਤਮ ਹੋ ਗਈ। ਬਹੁਤ ਵੱਡੀ ਤਕਲੀਫ ਹੋਈ ਆ ਮੌਸਮ, ਔਰ ਕਾਫੀ ਲੋਕ ਦੇ ਵਿੱਚ ਦਾਖਲ ਹੋਏ। ਕਿਤਨਾ ਹੁਣ ਥੋੜ੍ਹਾ ਵਾਲਿਆਂ ਦੇ ਕੋਈ ਔਖੀ ਆ, ਹੁਣ ਥੋੜ੍ਹਾ ਜਿਹਾ ਲੋਕ ਬਹੁਤ ਵੱਡੀ ਮਤਲਬ ਦੇ ਵਿੱਚ ਅਜੇ ਵੀ ਆ ਬਹੁਤ ਜ਼ੋਰਾਂ ਤੇ ਕਰੋਨਾ ਪੰਜਾਬ। ਠੀਕ ਹੈ, ਠੀਕ ਹੈ। ਸੋ ਮਹਾਂਮਾਰੀ ਜਿਹੜੀ ਹੈਗੀ ਆ ਉਹ ਪੰਜਾਬ ਦੇ ਵਿੱਚ ਜਿਵੇਂ ਤੁਸੀਂ ਦੱਸ ਰਹੇ ਹੋ ਉੱਥੇ ਵੀ ਉਹਨੂੰ ਅਸਰ ਜਿਹੜਾ ਹੈਗਾ ਮਹਾਂਮਾਰੀ ਦਾ ਵੇਖਣ ਨੂੰ ਮਿਲਿਆ। ਬ੍ਰਹਮਪੁਰਾ ਸਾਹਿਬ, ਕਈ ਸਾਰੇ ਸਵਾਲ ਅੱਜ ਹੋਣਗੇ, ਉਹਨਾਂ ਸਵਾਲਾਂ ਦੇ ਵਿੱਚ ਮੈਂ ਜ਼ਰੂਰ ਤੁਹਾਨੂੰ ਪੁੱਛੂੰਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੀ ਨਵੀਂ ਤਸਵੀਰ ਕੀ ਹੋ ਸਕਦੀ ਹੈ, ਔਰ ਆਪਸੀ ਮਤਭੇਦ ਦੀ ਅਗਰ ਮੈਂ ਗੱਲ ਕਰਾਂ ਔਰ ਆਪਸੀ ਮੈਂ ਜਿਹੜੇ ਪ੍ਰਤੀਕ੍ਰਮ ਇੱਕ ਦੂਜੇ ਦੇ ਉੱਤੇ ਜਾਂ ਤੰਜ ਕੱਸੇ ਜਾਂਦੇ ਹਨ ਉਹਨਾਂ ਦਾ ਆਖਿਰਕਾਰ ਕੀ ਕਿੰਨਾ ਕੁ ਆਉਣ ਵਾਲੇ ਸਮੇਂ ਦੇ ਵਿੱਚ ਅਸਰ ਵੇਖਣ ਨੂੰ ਮਿਲੇਗਾ 2022 ਦੀ ਚੋਣਾਂ ਦੇ ਵਿੱਚ, ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਇਸ ਕਿੰਨੀ ਕੁ ਪਾਰਟੀਆਂ ਜਿਹੜੀਆਂ ਖੜੀਆਂ ਹੋਣਗੀਆਂ,
क्योंकि काफ़ी सारे नवे धड़े जिहड़े ने पंजाब की सियासत दे विच वेखण नूं मिल रहे हैं। श्रोमणी अकाली दल टकसाली किस तरीके नाल काम कर रही है और आने वाले समय दे विच की काम करेगी और किहदे नाल अलायंस उन्हां दा हो सकता है, यह वड्डे सवाल रहेंगे। फिलहाल मैं एक ब्रेक ले रुक रहा और यही है साडा अज दा मुद्दा। रणजीत सिंह ब्रह्मपुरा साहब साडे नाल मौजूद रहेंगे, तुसीं भी कॉल करके अपने सवाल जिहड़े ने उन्हां तों पुछ सकते हो और कोशिश करांगे तुहाडे पुछे गए सवालों दे जिहड़े ओह आंसर्स भी देण इस मंच दे उत्ते। यही रहेगा अज दा मुद्दा, मिलदे हां ब्रेक तों बाद। ब्रेक तो बाद स्वागत है, सीधा लैके चलते हैं तुहानूं। रणजीत सिंह ब्रह्मपुरा साहब साडे नाल मौजूद ने, उन्हां नाल गलबात का सिलसिला जारी रखांगे। ब्रह्मपुरा साहब, मैं सब तो पहला सवाल तुहानूं यही पुछना चाहवांगा कि कुछ मतभेद हो गए सीगे तुहाडे पार्टी दे नाल 12 नवंबर 2018 नूं बकायदा पार्टी तो बाहर कढ़िया जांदा है या फिर तुसीं रिजाइन कर दो, की कुछ होया सीगा उस टाइम? ओ जी, साडा जो मतभेद आ ओह कोई कुर्सी दा कोई किस्सा नहीं गा। मतभेद साडे जिहड़े ने श्री अकाल तख्त साहिब दी मान मर्यादा श्रोमणी कमेटी दीआं गोलकां दे उत्ते इक परिवार दा कब्जा और संत राम रहीम नूं जख्मी करता, सरकार साडी सी कोई कारवाई नहीं हुई, ये वड्डे मुद्दे सी जिस करके असीं हमेशा बादल साहब वड्डियां नूं कहिंदे रहिंदे सां कि इह तुसीं हल करो हल करो। श्रोमणी अकाली दल ते बणिया ही इन्हां कम्मां लई सी, सिखां दी कौम दी पीड़ा राखी करने, उन्हां दे मसले हल करने, ते तुसीं ओह जिहड़ा सब कुछ सिखी आ इहदा बहुत भारी नुकसान जिहड़ा तुसां कीता वा, पर साडी गल किसे ने नहीं सुनी ते आखिर सानूं फिर उन्हां तों वखरिया हो के इह जिहड़ी भारतीय श्रोमणी अकाली दल टकसाली जिहड़ी आ इह बनाउणी पई है। कोई कोई होर झगड़ा नहीं, इहो झगड़े साडे जे कहा जांदा कि तुसीं पार्टी प्रेजिडेंट सुखबीर बादल होरां नूं अक्यूज़ कीता, यह भी गल सामने आती है। चलो खैर, उस बारे में भी मैं आवांगा, पर एक सवाल इतने वड्डा बनता जी, हाल फिलहाल की सरगर्मियां चल रही हैं, सुखदेव सिंह ढींसा होरी अपनी पार्टी बनाते हैं, उस पार्टी के विच तुसी नज़र नहीं होंदे, इतने की मतभेद हो गया सीगा? देखो जी, एक साल तो तकरीबन श्रोमणी अकाली दल टकसाली का ये जो भी जगाड़ा सारा ये बनाया सारे पंजाब के वर्किंग कमेटी जिले ब्लाकों के ये सब कुछ असी किया और उस तो बाद मुड़के ढींसा जी आ गए, वह भी साढ़े ना स्टेजा साझिया करते रहे, साढ़े ना हम ख्याल से वो साढ़े ना उस तरह तकरीजा करते जिस तरह ही करते सादल के खिलाफ कांग्रेस के खिलाफ जो भी जातियां से हुई उन्होंने हाईलाइट करते स, पर अचानक ही पता नहीं उन्होंने मन के गल आई, मैं तो बीमार सस्पताल सा तो मैनू वो मिले घर भी आए, जो मेरे को घर आए मैं उन्होंने ये गल कही कि ढींसा जी देखो जे तुसीं कोई नवीं पार्टी बनाउण नूं फिरदे आ ते पार्टी ना बनाओ फुट ना पाओ, मैं रिजाइन कर देना तुहाडे गल चार पा देना, तुहानूं प्रधान मान लेना, मैं सिपाही दे तौर ते कम करन नूं तैयार आ। ओह कहिंदे बहुत वधिया गल तुसां कीती आ, मैनूं दो तीन चार दिन दिओ, मैं अपने साथियां नाल सलाह करदा, ते ओह सलाह करदे मुड़ के मुड़े ही नहीं उत्थे, उन्हें जाके मैनूं ते शाम नूं पता लगा वी सवेरे उत्थे ओह नवीं पार्टी जिहड़ी ओह बना रहे ने, बल्कि साढ़े दो बंदे भी वो शेखवा वीर दविंदर उन्होंने ना वो भी दस के नहीं गए, मैनू तो जिमें उन्होंने धोखा धोखा दिता हूँ किसी को यदि पेड़ छोरा मारन वाली गल जी। पर ब्रह्मपुरा साहब जो तुम क्या कि काफ़ी सारे वे मुद्दे इस करके श्रोमणी अकाली दल जोड़ा है तोड़ी उन्होंने नाल गल नहीं बनी, तो मुद्दे तुम दसे कि अकाल तख्त साहब का मुद्दा सगा, बरगाड़ी का मुद्दा सगा, तो फिर डेरा सिरसा का मुद्दा सगा, तो जब डेरा सिरसे को माफ़ी दी गई तो नैक्सट डे रिजाइन क्यों नहीं किया, उस टाइम क्यों नहीं अपना जो है स्टैंड लिता? देखो जी, असं बादल साहब न मिले, असी सुखबीर मिले, सारियां मिलते रहे पार्टी के साढ़े मन से अज भी दुरुस्त करने गलतियां कल भी कर रहे इस तरह कर दे मिलकर की क्या उन्होंने पार्टी के मैं पार्टी अं जो असि सतारा दियाँ असैम्बली दियाँ इलेक्शन जीडिया हार गए 15 सीटा से आ गए, तो पहली मीटिंग जी कोर कमेटी की हुई आ मैं उठ के उन्होंने गल कही कि आप होर गल ना करिए, आप हूँ अब ये डिस्कस करिए कि आप एड्डी वड्डी बुलती श्रोमणी अकाली दल पहले कभी नहीं हुई, हूँ हुई आन के क्यों हुई है क्यों हार गए हैं ये मुद्दा जरा। तो बादल साहब मैनू कह लगे तुम सब तो सीनियर मेरे तो दो नंबर दें तुम गल करो जी।
आई थिंक उन्होंने कनैक्शन साढ़े नाल टुट गया, पर कोशिश करांगे उन्होंने मुड़ तो लियाउण दी। सवाल कई सारे वड्डे बनते हैं कि जद समय सर रहिंदे साढ़े नाल मुड़ तो आ गए ने ब्रह्मपुरा साहब। ब्रह्मपुरा साहब मैं एक सवाल जरूर पूछना चाहवांगा तुहाडे तों, बरगाड़ी कोच बरगाड़ी कंप्लीट जी 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 गो अहेड। कोर्ट कमेटी दे विच ये गल आई तो मैं उठ के गल कही कि ये जी जिम्मेवारी जी सुखबीर बादल की बनती है, मजीठे की बनती है, जिन्हें कालियां करतूतों करके असी पार्टी का ग्राफ चलता अं हरे हाँ। तो बादल साहब मैं कहते फिर अगे तो मैं अगे है कि अस्तीफा देना। कोर कमेटी से गल के अं तो पिटते रहे रोते रहे, उन्होंने कोटिया हाथ ला ला के बेड़ा गर्क करता, जो बेड़ा गर्क कर जो बिल्कुल नहीं साढ़े हक लगे फिर अं पार्टी। बरगाड़ी नूं लैके थोड़ा की स्टैंड रहा पार्टी दे सामने? लेकिन वो तो वो मेन इशू तो बरगाड़ी का भी सीगा, वो राम रीत नूं माफ करन वाला भी सीगा, श्रोमणी कमेटी दीआं गोलकां दे कब्जे दा ही परिवार दा हो गया काल तक दा। इसके बाद राजा रणजीत सिंह नूं काली पूरा सिंह ने काल तक ते सद्या महाराजा गया इसके दा वड्डा ते उत्थे अज ओह काल तक दे जहेदार बादल साहब दी कोठी च जाके राम रीत नूं बिना पुछिया जिहड़ी आ ओह माफी दिंदे ने ते लोक माफी दो। ब्रह्मपुरा साहब वो तो सारी गल्लां सानूं सामने भी आई हैं, बरगाड़ी नूं लैके थोड़ा की स्टैंड रहा पार्टी दे सामने? बिल्कुल साडा स्टैंड इही रहा वी छेती इन्हां बंदे वेखो जी उन्हां ने इश्तिहार कंधां दे उत्ते लाए और उन्होंने जवाहर जवाहर पिंड दे विचों चोरी कीता गुरु ग्रंथ साहिब जी महाराज ते उन्होंने इश्तिहार लाए वी जे तुसीं साडा मंगा ना मनिया साडियां गल्लां ना मनिया ते असीं तुहाडे पुत्र जिहड़ा ग्रंथ है इहदे पत्रे पाड़ के गंद च सुट्टां गे, उन्होंने सुट्टे राज साडा सी ਤੇ ਅਸੀਂ ਪਿੱਟਦੇ ਰਹੇ ਕੁਛ ਕਰੋ ਤੇ ਤੁਹਾਡੇ ਸਾਹਮਣੇ ਉਸ ਤੋਂ ਬਾਅਦ ਪਰਗਾਰੀ ਦਾ ਵਾਕਿਆ ਹੋਇਆ ਇਹਨਾਂ ਸਾਰੇ ਲੋਕਾਂ ਨੇ। ਪਰ ਬ੍ਰਹਮਪੁਰਾ ਸਾਹਿਬ ਤੁਸੀਂ ਕਿਹਾ ਕਿ ਤੁਸੀਂ ਪਿੱਟਦੇ ਰਹੇ, ਪਰ ਫਿਰ ਵੀ ਤੁਸੀਂ ਬਰਗਾੜੀ ਤੋਂ ਜਦ ਜ਼ਿਮਨੀ ਚੋਣਾਂ ਹੋਈਆਂ, ਰਮਨਜੀਤ ਸਿੰਘ ਸਿੱਖੀ ਉੱਥੋਂ ਤੋਂ ਰਿਜ਼ਾਈਨ ਦਿੰਦੇ ਨੇ, ਤੁਸੀਂ ਆਪਣੇ ਪੁੱਤ ਨੂੰ ਚੋਣਾਂ ਲੜਵਾਉਂਦੇ ਹੋ ਜ਼ਿਮਨੀ ਚੋਣਾਂ ਦੇ ਵਿੱਚ? ਮੈਂ ਅਸੀਂ ਪਾਰਟੀ ਨਹੀਂ ਛੱਡੀ ਉਦੋਂ, ਅਜੇ ਪਾਰਟੀ ਦੇ ਵਿੱਚ ਸਾਂ। ਸਾਨੂੰ ਉਹਨਾਂ ਨੇ ਕਿਹਾ ਕਿ ਜੇ ਵੱਡੀਆਂ ਇਲੈਕਸ਼ਨ ਸਾਰੀਆਂ ਤੁਸੀਂ ਲੜਦੇ ਜੋ ਤੇ ਹੁਣ 8-9 ਮਹੀਨੇ ਦੀ ਜਿਹੜੀ ਇਲੈਕਸ਼ਨ ਹੈ ਇਹਤੇ ਕਿਉਂ ਭੱਜਦੇ ਜੋ? ਪਰ ਕਾਂਗਰਸ ਕਹਿੰਦੀ ਅਸੀਂ ਅਸੀਂ ਆਪਣਾ ਸਟੈਂਡ ਲਿਆ, ਅਸੀਂ ਉੱਥੋਂ ਦੀ ਸੀਟ ਨੂੰ ਖਾਲੀ ਕੀਤਾ, ਅਸੀਂ ਆਪਣਾ ਸਟੈਂਡ ਕਲੀਅਰ ਕੀਤਾ ਸਿੱਖੀ ਦੇ ਮਸਲੇ ਦੇ ਉੱਤੇ। ਬ੍ਰਹਮਪੁਰਾ ਸਾਹਿਬ ਨੂੰ ਇੰਨੀ ਕਾਲੀ ਕੀ ਪਈ ਸੀ ਕਿ ਉਹਨਾਂ ਨੇ ਆਪਣੇ ਪੁੱਤ ਨੂੰ ਇਲੈਕਸ਼ਨ ਲੜਵਾਤਾ? ਬਿਲਕੁਲ ਅਸੀਂ ਇਲੈਕਸ਼ਨ ਨਹੀਂ ਹਲਾਣਾ ਚਾਹੁੰਦੇ, ਉਹ ਜਿਹੜੀ ਇਲੈਕਸ਼ਨ ਲੜੀ ਉਹਦੀ ਮੈਂ ਕਈ ਵਾਰ ਮਾਫੀ ਮੰਗ ਚੁੱਕਾ ਹਾਂ, ਸਾਥੋਂ ਗਲਤੀ ਹੋ ਗਈ। ਕੋਈ ਬੰਦਾ ਗਲਤੀ ਨਹੀਂ ਮੰਨਦਾ, ਮੈਂ ਗਲਤੀ ਮੰਨਦੇ ਹਾਂ, ਲੇਕਿਨ ਉਹ ਸਾਨੂੰ ਉਹਨਾਂ ਨੇ ਮਜਬੂਰ ਕਰਕੇ ਪਾਰਟੀ ਨੇ ਸਭ ਨੇ ਉਹਨਾਂ ਕਹਿੰਦੇ ਨਹੀਂ ਹੁਣ ਤੁਸੀਂ ਲੜੋ मेरे पुत ਤੁਸੀਂ ਚੋਣਾਂ ਲੜਵਾਓ, और इस प्रेशर ਦੇ ਕਰਕੇ ਜਿਹੜਾ ਪਾਰਟੀ ਨੇ ਟਿਕਟ ਦਿੱਤੀ, ਪਾਰਟੀ ਤਾਂ ਇਲੈਕਸ਼ਨ ਨਹੀਂ ਲੜਨਾ ਚਾਹੁੰਦੀ ਸੀਗੀ, ਹੁਣ ਇਹ ਵੀ ਬਿਆਨ ਸਾਹਮਣੇ ਆਉਂਦੇ ਹਨ? ਬਿਲਕੁਲ ਇਹ ਝੂਠੀ ਗੱਲ ਆ, ਮੈਂ ਕਦੀ ਆਪਦੇ ਵਾਸਤੇ ਵੀ ਕੁਛ ਨਹੀਂ ਕੀਤਾ। ਬਾਦਲ ਸਾਹਿਬ ਅਜੇ ਜਿਹੜਾ ਮੈਂ ਦੋ ਵਾਰਾਂ ਵਜ਼ੀਰ ਬਣਿਆ, ਮੈਂ ਇਹ ਕਰਨ ਜਾ ਕੇ ਉਹਨੂੰ ਕਿਹਾ ਮੈਨੂੰ ਵਜ਼ੀਰ ਬਣਾਓ, ਮੇਰਾ ਰਾਈਟ ਹੀ ਬਣਦਾ ਸੀ, ਮੈਨੂੰ ਪਤਾ ਸੀ ਮੈਨੂੰ ਕੋਈ ਗਰੋਰ ਨਹੀਂ ਕਰ ਸਕਦਾ, ਮੈਂ ਦੋ ਨੰਬਰ ਤੇ ਹਾਂ, ਕਿਹਨੂੰ ਬਣਾਉਂਦੇ ਹੋ, ਮੈਨੂੰ ਛੱਡ ਕੇ ਕਿਸੇ ਨੂੰ ਨਹੀਂ ਬਣਾ ਸਕਦੇ, ਇਸ ਕਰਕੇ ਮੈਨੂੰ ਵੀ ਲੋੜ ਹੀ ਤਰ੍ਹਾਂ ਲੈਣ ਦੀ ਹੋਏ। ਮੈਂ ਬਾਦਲ ਸਾਹਿਬ ਤੋਂ ਦੋ ਨੰਬਰ ਦੀ ਮੇਰੀ ਪੋਜੀਸ਼ਨ ਹੋਵੇ ਤੇ ਮੈਂ ਸਭ ਤੋਂ ਵੱਧ ਕੈਡ ਕੱਟੀ ਹੋਵੇ ਸਾਰੀਆਂ। रेत माफिया नशा फिर पंजाब दे विच किवें वड़ गया सब कुछ तुहाडी अखां दे सामने? जेकर तुहाडी अखां दे सामने यह सब कुछ हो रहा सीगा तां तुसीं उस टाइम स्टैंड क्यों नहीं लिता? ਬਿਲਕੁਲ ਸਟੈਂਡ ਲਿੱਤਾ, ਜਿਸ ਤਰ੍ਹਾਂ ਮੈਂ ਤੁਹਾਨੂੰ ਹੋਏ ਗੱਲ ਦੱਸੀ ਆ ਕਿ ਮੈਂ ਉਹਨਾਂ ਨੂੰ ਕਿਹਾ ਅਸਤੀਫਾ ਦਿਓ, ਇਹਨੂੰ ਵੱਡੀ ਗੱਲ ਕੀ ਕਹਿ ਸਕਦੇ ਸਾਂ? ਉਹਨਾਂ ਨੂੰ ਕਿਹਾ ਪਾਰਟੀ ਛੱਡੋ, ਪਾਰਟੀ ਤੋਂ ਇਹਨਾਂ ਨੂੰ ਕੱਢੋ, ਨਵੀਂ ਪਾਰਟੀ ਦੀ ਸਥਾਪਨਾ ਨਵੀਂ ਭਰਤੀ ਕਰਕੇ ਨਵੀਂ ਚੋਣ ਕਰੋ, ਨਵਾਂ ਪ੍ਰਧਾਨ ਬਣਾਓ, ਅਸੀਂ ਤੇ ਇਹਨੂੰ ਵੱਧ ਤੱਕਾ ਵੀ ਕੁਛ ਨਹੀਂ ਆ ਸਕਦਾ, ਫਿਰ ਪਾਰਟੀ ਛੱਡ ਸਕਦੇ ਹੋ ਤੁਸੀਂ? ਅਗਰ ਛੱਡ ਦਿੱਤੀ 1.5 ਸਾਲ ਹੋਇਆ ਸਭ ਤੋਂ ਪਹਿਲਾਂ ਅਸੀਂ ਬਾਹਰ ਆਏ ਹਾਂ, ਕੋਈ ਹੋਰ ਤੇ ਸਾਡੇ ਨਾਲ ਜਿਹੜੇ ਆਏ ਆ ਉਹ ਵਾਪਸ ਵੀ ਚਲੇ ਗਏ। ਤੇ ਮੇਰਾ ਮਤਲਬ ਇਹ ਆ ਬਈ ਇਹ ਜਿਹੜੀ ਹੱਕ ਸੱਚ ਦੀ ਲੜਾਈ ਹੁੰਦੀ ਬੜੀ ਮੁਸ਼ਕਲ ਹੁੰਦੀ ਆ, ਇਹਦੇ ਵਾਸਤੇ ਜਦੋਂ ਜਦ ਕਰਨੀ ਪੈਂਦੀ ਆ ਤੇ ਅਸੀਂ ਤਾਂ ਖੜੇ ਆ, ਸਾਨੂੰ ਪਤਾ ਵੀ ਅੱਜ ਤਾਂ ਥੋੜੇ ਆ ਪਰ ਇਹ ਕਾਫਲਾ ਬਣ ਜੂਗਾ ਬਹੁਤ ਵੱਡਾ, ਕਿਉਂਕਿ ਹੱਕ ਸੱਚ ਦੀ ਲੜਾਈ ਲੜ ਰਹੇ ਆ। ਤੇ ਬ੍ਰਹਮਪੁਰਾ ਸਾਹਿਬ ਕੀ ਕਾਰਨ ਰਹੇ ਕਿ ਹੁਣ ਸੁਖਦੇਵ ਸਿੰਘ ਢੀਂਡਸਾ ਜਿਹੜੇ ਨੇ ਉਹਨਾਂ ਨੇ ਵੀ ਆਪਣੀ ਵੱਖਰੀ ਪਾਰਟੀ ਬਣਾ ਲਈ, ਜਿਹੜੇ ਹੋਰ ਲਾਈਕ ਮਾਈਂਡਡ ਥਿੰਕ ਟੈਂਕ ਰਹੇ ਪੰਜਾਬ ਦੇ ਜਿਨ੍ਹਾਂ ਨੇ ਪੰਜਾਬ ਦੀ ਸਿਆਸਤ ਨੂੰ ਔਰ ਪੰਜਾਬ ਦੇ ਵਿੱਚ ਲੰਬੇ ਸਮੇਂ ਤੋਂ ਰਾਜ ਕੀਤਾ, ਅੱਜ ਉਹ ਤੁਹਾਡੇ ਨਾਲ ਨਹੀਂ ਚੱਲ ਰਹੇ,
ਤੁਹਾਡੇ ਨਾਲ ਦੇ ਚਲਦੇ ਹੋਏ ਟਕਸਾਲੀ ਜਿਹੜੇ ਨੇ ਉਹ ਵੀ ਤੁਹਾਨੂੰ ਛੱਡ ਕੇ ਜਾ ਰਹੇ ਨੇ, ਕੀ ਕਾਰਨ ਹੋ ਸਕਦਾ? ਕੋਈ ਛੱਡ ਕੇ ਨਹੀਂ ਗਿਆ ਜੀ, ਦੋ ਬੰਦੇ ਮੈਨੂੰ ਛੱਡ ਕੇ ਗਏ ਆ ਜੀ। ਤਾਂ ਉਹਨਾਂ ਦਾ ਇੱਕ ਵੀਰ ਦਿਲਦਰ ਗਿਆ ਹੈ, ਇੱਕ ਸੇਖਵਾਂ ਦਾ ਹੈ। ਇਹ ਪੁਰਸ਼ਿਆਂ ਦੇ ਇਹਨੇ ਲਾਲਚੀ ਲੋਕ ਨੇ, ਇਹਨਾਂ ਪਹਿਲੀ ਵਾਰ ਨਹੀਂ ਉਹ ਵੀਰ ਦਿਲਦਰ ਨੇ ਕੋਈ ਨੌਰਾ ਪਾਰਟੀ ਬਦਲੀ ਆ, ਤਾਂ ਮਾਫ ਕਰਨਾ, ਕਈ ਵਾਰ ਪਾਰਟੀਆਂ ਇਹੋ ਜਿਹੇ ਲੋਕ ਵੀ ਆ ਜਾਂਦੇ। ਚਲੋ ਸਾਡੇ ਨਾਲ ਉਹਨਾਂ ਨੇ ਸਭ ਕੁਛ ਕੀਤਾ, ਪਰ ਉਹਨਾਂ ਦੇ ਸਮੇਂ ਦੇ ਵਿੱਚ ਵੀ ਕਿਹੜਾ ਵੀ ਉਹਨਾਂ ਨੇ ਕੁਛ ਕਰਨਾ ਸਮੇਂ ਆਪਾਂ ਦਿਆ ਦਿੱਤਾ। ਬ੍ਰਹਮਪੁਰ ਸਰ, ਸਾਡੇ ਨਾਲ ਕਾਫੀ ਸਾਰੇ ਕਾਲਰਸ ਜੁੜੇ ਹੋਏ ਨੇ, ਅਸੀਂ ਕਾਲਰਸ ਨੂੰ ਵੀ ਇੱਕ ਵਾਰੀ ਸਵਾਲ ਉਹਨਾਂ ਦੇ ਸਮਝ ਲੈਂਦੇ ਹਾਂ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਨ ਏਅਰ ਹੋ, ਕੌਣ ਬੋਲ ਰਹੇ, ਕਿੱਥੋਂ ਬੋਲ ਰਹੇ? ਸਤਿ ਸ਼੍ਰੀ ਅਕਾਲ ਜੀ, ਮੈਂ ਰੇਸ਼ਮ ਸਿੰਘ ਬੋਲਦਾ ਨਿਊਯਾਰਕ ਤੋਂ। ਜੀ ਰੇਸ਼ਮ ਸਿੰਘ ਜੀ, ਕੀ ਸਵਾਲ ਹੈ ਤੁਹਾਡਾ? ਅਤੇ ਬ੍ਰਹਮਪੁਰਾ ਸਾਹਿਬ ਦਾ ਬੜਾ ਧੰਨਵਾਦ, ਉਹਨਾਂ ਨੇ ਐਡੀ ਡੂੰਘਾਈ ਦੇ ਵਿੱਚ ਜਾਣਕਾਰੀ ਦਿੱਤੀ ਜੀ। ਪਰ ਦੁੱਖ ਇਸ ਗੱਲ ਦਾ ਆ ਕਿ ਜਦੋਂ ਤੋਂ ਬਾਦਲ ਸਾਹਿਬ ਨੇ ਰਾਜਨੀਤੀ ਸੰਭਾਲੀ ਆ, ਉਹਨਾਂ ਦੀ ਇੱਕ ਹੀ ਮਤਲਬ ਰਹੀ ਆ ਗੱਲ ਕਿ ਉਹਨਾਂ ਨੇ ਹਰ ਰਾਜ ਚੀਜ਼ ਨੂੰ ਆਪਣੇ ਕੰਟਰੋਲ 'ਚ ਰੱਖਿਆ। ਚਾਹੇ 1967-68 ਦੇ ਵਿੱਚ ਪਹਿਲੀ ਵਾਰੀ ਮੁੱਖ ਮੰਤਰੀ ਬਣੇ ਆ, ਉਹਨਾਂ ਦੇ ਖਿਲਾਫ਼ ਜੋ ਵੀ ਬੜੇ ਬਰਾਬਰ ਖੜੇ ਆ, ਉਹਨਾਂ ਨੇ ਉਹਦੀਆਂ ਥੱਲੇ ਜੜ੍ਹਾਂ ਕੱਟਤੀ। ਚਾਹੇ ਮਤਲਬ ਪਹਿਲੀ ਵਾਰੀ ਸੀਗੇ ਜਗਦੇਵ ਸਿੰਘ ਤਲਵੰਡੀ ਲੈ ਲਓ, ਉਹ ਤੋਂ ਬਾਅਦ ਲੈ ਲਓ ਤੌੜਾ ਸਾਹਿਬ ਸੀ, ਉਹ ਤੋਂ ਬਾਅਦ ਉਹਨਾਂ ਦੇ ਬਰਾਬਰ ਖੜੇ ਕੈਪਟਨ ਮਤਲਬ ਕਮਲਜੀਤ ਸਿੰਘ, ਤੇ ਉਸ ਤੋਂ ਬਾਅਦ ਬ੍ਰਹਮਪੁਰਾ ਸਾਹਿਬ ਜਿੰਨੇ ਵੀ ਮਲ ਖੜੇ, ਉਹਨਾਂ ਨੇ ਉਹਨਾਂ ਥੱਲੇ ਦਾਤੀ ਫੇਰਦੇ ਰਹੇ। ਹੁਣ ਵੀ ਇਹੀ ਖੁਸ਼ ਹੋਣਾ, ਕਿਉਂਕਿ ਜੋ ਧਰਮ ਆ ਉਹ ਰਾਜਨੀਤੀ ਧਰਮ ਦੇ ਹਿਸਾਬ ਨਾਲ ਨਹੀਂ ਚੱਲ ਰਹੀ, ਸਗੋਂ ਧਰਮ ਨੂੰ ਰਾਜਨੀਤੀ ਕੰਟਰੋਲ ਕਰ ਰਹੀ ਆ। ਦੂਸਰੀ ਗੱਲ ਮੈਂ ਜਿਹੜੀ ਅੱਜ ਬ੍ਰਹਮਪੁਰਾ ਸਾਹਿਬ ਬੜੇ ਸਿਆਣੇ, ਇਹਨਾਂ ਦੇ ਸਾਹਮਣੇ ਤਾਂ ਅਸੀਂ ਗੱਲ ਕਹਿ ਨਹੀਂ ਸਕਦੇ, ਪਰ ਮੈਂ ਤੁਹਾਨੂੰ ਇੱਕ ਗੱਲ ਸਾਫ਼ ਕਹਿ ਦੇਣੀ ਚਾਹੁੰਦਾ, ਗੁਰਦੁਆਰੇ ਪ੍ਰਕਾਸ਼ ਸਿੰਘ ਬਾਦਲ ਦੇ ਕੰਟਰੋਲ 'ਚ, ਅਕਾਲ ਤਖ਼ਤ ਉਹਨਾਂ ਦੇ ਕੰਟਰੋਲ 'ਚ, ਪੈਸਾ ਸਾਰਾ ਉਹਨਾਂ ਦੇ ਕੰਟਰੋਲ 'ਚ ਆ। ਜਿੰਨੇ ਵੀ ਅਕਾਲੀ ਦਲ ਬਣੇ ਆ, ਚਾਹੇ ਸਿਮਰਜੀਤ ਸਿੰਘ ਮਾਨ ਆ, ਬ੍ਰਹਮਪੁਰਾ ਸਾਹਿਬ ਦਾ ਬਣਿਆ, ਤਲਵੰਡੀ ਸਾਹਿਬ ਦਾ ਬਣਿਆ, ਉਹਨਾਂ ਨੇ ਇੱਕ ਮਿੰਟ ਦੇ ਵਿੱਚ ਹੀ ਜ਼ੀਰੋ ਕਰਕੇ ਰੱਖ ਦਿੱਤੇ। ਉੱਤੇ ਨਾ ਕੋਈ ਸਿਧਾਂਤ ਦੀ ਗੱਲ ਆ, ਨਾ ਕੋਈ ਧਰਮ ਦੀ ਗੱਲ ਆ, ਸਿਰਫ਼ ਉੱਥੇ ਇੱਕ ਗੱਲ ਦਾ ਆ, ਰਾਜਨੀਤੀ ਪ੍ਰਭਤਾ ਅਤੇ ਸਤਾ ਕਿੱਦਾਂ ਹਥਿਆਉਣੀ ਆ। ਬ੍ਰਹਮਪੁਰਾ ਸਾਹਿਬ ਇਸ ਗੱਲ ਨੂੰ ਬਹੁਤ ਚੰਗੀ ਤਰ੍ਹਾਂ ਜਾਣਦਾ। ਤੁਹਾਡਾ ਮੁੱਦਾ ਲਿਆਉਣ ਲਈ ਬਹੁਤ ਬਹੁਤ ਧੰਨਵਾਦ। ਮਿਹਰਬਾਨੀ ਤੁਹਾਡੀ, ਮਿਹਰਬਾਨੀ। ਸੋ ਬ੍ਰਹਮਪੁਰ ਸਾਹਿਬ, ਤੁਸੀਂ ਸੁਣਿਆ ਸਾਡੇ ਕਾਲਰ ਨੇ, ਉਹਨਾਂ ਨੇ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਕਿਸੇ ਨੂੰ ਅੱਗੇ ਨਹੀਂ ਆਉਣ ਦਿੱਤਾ, ਉਹਨਾਂ ਦੀਆਂ ਜੜ੍ਹਾਂ ਤੱਕ ਜਿਹੜੀਆਂ ਉਹ ਅਟਕੇ ਰੱਖ ਦਿੱਤੀਆਂ, ਤਾਂ ਤੁਸੀਂ ਇਸ ਮੁਤੱਲਕ ਕੀ ਕਹਿਣਾ ਚਾਹੋਗੇ? ਇਹਦੇ ਵਿੱਚ ਵੀ 2022 ਦੀਆਂ ਇਲੈਕਸ਼ਨਾਂ ਨੇ, ਜੜ੍ਹਾਂ ਪੁੱਟੀਆਂ ਜਾਣਗੀਆਂ ਇਹਨਾਂ ਦੀਆਂ, ਆਖਿਰ ਅੰਤਹਾਰਤੀ ਦਾ ਕੋਈ ਜਿੰਨੀ ਮਰਜ਼ੀ ਤਾਂ ਚੱਲਦੇ ਥਾਂ ਹੀ ਆਉਣੀ ਹੁੰਦੀ ਆ, ਤੇ ਉਹਨਾਂ ਦਾ ਡਾਊਨਫਾਲ ਆ ਗਿਆ ਵਾ ਤੁਹਾਡੇ ਸਾਹਮਣੇ ਆ, ਵੀ ਉਹਨਾਂ ਦਾ ਦੁੱਖ ਕਿਸ ਤਰ੍ਹਾਂ ਉਹਨਾਂ ਨੂੰ ਫੇਸ ਕਰਦੇ ਨੇ, ਕੋਈ ਬਹੁਤੀ ਦੂਰ ਨਹੀਂ ਰਹਿ ਗਿਆ ਉਹਨਾਂ ਦਾ। ਬ੍ਰਹਮਪੁਰਾ ਸਾਹਿਬ, ਕਿਵੇਂ ਜੜਾਂ ਨੂੰ ਪਟੋਗੇ? ਤੁਹਾਡੇ ਨਾਲ ਕੌਣ ਕੌਣ ਹੈ, ਕੌਣ ਕੌਣ ਤੁਰ ਰਿਹਾ ਤੁਹਾਡੇ ਨਾਲ? ਸਾਡੇ ਨਾਲ ਜਨਤਾ ਤੁਰ ਰਹੀ ਆ ਜੀ, ਇੱਕ ਚਾਰ ਬੰਦੇ ਨੇ ਤੁਰ ਰਹੇ, ਤੇ ਬੰਦਿਆਂ ਨੂੰ ਕੌਣ ਪੁੱਛਦਾ? ਜਦੋਂ ਹਵਾ ਬਣਦੀ ਆ ਲੋਕਾਂ ਦੀ, ਤੇ ਹਨੇਰੀ ਬਣਦੀ ਆ, ਤੂਫਾਨ ਆਉਂਦਾ ਵਾ, ਤੇ ਇਹ ਲੋਕਾਂ ਨੂੰ, ਇਹ ਲੋਕ ਕਹਿੰਦੇ ਨੀ ਵੀ ਇਹ ਲੋਕ ਐਸੇ ਵੀ ਅਸਰ ਨਹੀਂ ਹੈਗੇ ਜੀ, ਇਹ ਲੋਕੀ ਵੋਟਾਂ ਪਾ ਦਿੰਦੇ ਆ। ਤੇ ਬ੍ਰਹਮਪੁਰਾ ਸਾਹਿਬ, ਲੋਕ ਤੁਹਾਡੇ ਮਗਰ ਕਿਉਂ ਤੁਰਨਗੇ? ਔਰ ਜੇ ਉਹ ਬਣ ਗਿਆ, ਗੁਰੂ ਨੇ ਕਿਰਪਾ ਕਰ ਦਿੱਤੀ ਤਾਂ ਘਰ ਬੈਠਿਆਂ ਲੋਕੀ ਜਿਹੜੇ ਉਹਨਾਂ ਨੂੰ ਵੋਟਾਂ ਪਾ ਦਿੱਤੇ, ਜਦ ਤੱਕ ਸਰਕਾਰ ਪੰਜਾਬ ਤੇ ਬਣਾ ਦੇ ਜੀ। ਬ੍ਰਹਮਪੁਰਾ ਸਾਹਿਬ, ਸ਼੍ਰੋਮਣੀ ਅਕਾਲੀ ਦਲ ਤੋਂ ਆਪਾਂ ਕੀ ਸਮਝੀਏ? ਸ਼੍ਰੋਮਣੀ ਅਕਾਲੀ ਦਲ ਦਾ ਕੀ ਮਤਲਬ ਹੁੰਦਾ? ਜ਼ਿੰਮੇਵਾਰੀਆਂ ਸਾਡਾ ਧਰਮ ਆ, ਉਹਨੂੰ ਜੇ ਵਿਧਾਨ ਨੂੰ ਪੜੋ, ਬਹੁਤ ਲੰਮਾ ਚੌੜਾ ਨਹੀਂ, ਛੋਟਾ ਜਿਹਾ ਪੈਂਤੀ ਆ, ਤੇ ਉਹਦੇ ਉੱਤੇ ਸਾਰੀਆਂ ਗੱਲਾਂ ਜਿਹੜੀਆਂ ਉਹ ਖੋਲ ਕੇ ਲਿਖੀਆਂ ਨੇ। ਇਹ ਜੋ ਅਕਾਲੀ ਦਲ ਦੀ ਜ਼ਿੰਮੇਵਾਰੀ ਇਹ ਆ ਵੀ ਸਿੱਖ ਧਰਮ ਦੀ ਰਾਖੀ ਕਰਨੀ, ਪੰਜਾਬ ਦੇ ਲੋਕਾਂ ਦਾ ਜੋ ਮਸਲੇ ਨੇ ਉਹਨਾਂ ਨੂੰ ਹੱਲ ਕਰਨਾ, ਲੋਕਾਂ ਨੂੰ ਗਰੀਬ ਗੁਰਬੇ ਨੂੰ ਪੈਸਾ ਦਇਆ ਕਰਨੀ, ਇਹ ਸਾਰੀਆਂ ਗੱਲਾਂ ਉਹਦੇ ਵਿੱਚ ਸਾਰੀਆਂ ਲਿਖੀਆਂ। ਇਹਨਾਂ ਸਾਰੀਆਂ ਗੱਲਾਂ ਤੋਂ ਭੱਜ ਕੇ ਜੋ ਸਿਸਟਮ ਪਾਰਟੀ ਦੇ ਵਿੱਚ ਕਰਤੀ ਹੈ, ਕਿਤੇ ਲਿਖਿਆ ਹੀ ਨਹੀਂ ਵਿਧਾਨ ਦੇ ਵਿੱਚ ਜੀ, ਤੇ ਪਾਰਟੀ ਦੇ ਵਿੱਚ ਕਦੀ ਡਿਸਟ੍ਰਿਕਟਸ਼ਿਪ ਵੀ ਆਊਗੀ ਜੀ। ਬ੍ਰਹਮਪੁਰਾ ਸਾਹਿਬ, ਸਿਆਸੀ ਮਾਇਰ ਇਹ ਵੀ ਕਹਿੰਦੇ ਨੇ, ਬ੍ਰਹਮਪੁਰਾ ਸਾਹਿਬ ਨੂੰ ਇਸ ਕਰਕੇ ਪਾਰਟੀ ਤੋਂ ਬਾਹਰ ਦਾ ਰਸਤਾ ਵਿਖਾਇਆ ਗਿਆ ਕਿਉਂਕਿ ਉਹਨਾਂ ਨੂੰ ਪਤਾ ਸੀਗਾ, ਉਹਨਾਂ ਨੇ ਤਾਂ ਵਿਰੋਧ ਕਰਨਾ ਸ਼ੁਰੂ ਕੀਤਾ ਕਿਉਂਕਿ 2018 ਦੀਆਂ ਜਿਹੜੀਆਂ ਚੋਣਾਂ ਸੀਗੀਆਂ, 2000 ਮੈਂ ਮਾਫੀ ਚਾਹਵਾਂਗਾ 2019 ਦੀਆਂ ਜਿਹੜਾ ਚੋਣਾਂ ਸੀਗੀਆਂ ਉਹਦਾ ਵਿੱਚ ਉਹਨਾਂ ਨੂੰ ਪਤਾ ਸੀਗਾ ਕਿ ਮੁੜ ਤੋਂ ਟਿਕਟ ਨਹੀਂ ਮਿਲਣੀ ਸ਼੍ਰੋਮਣੀ ਅਕਾਲੀ ਦਲ ਤੋਂ ਖਡੂਰ ਸਾਹਿਬ ਦੀ, ਇਸ ਕਰਕੇ ਬ੍ਰਹਮਪੁਰਾ ਸਾਹਿਬ ਨੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਅਤੇ ਪਾਰਟੀ ਨੇ ਉਹਨਾਂ ਨੂੰ ਬਾਹਰ ਦਾ ਰਸਤਾ ਵਿਖਾਇਆ। ਦੇਖੋ ਜੀ, ਮੈਂ ਹੁਣ ਆਪਦੇ ਮੂੰਹੋਂ ਕੀ ਕਹਾਂ,
ਇਹ ਕਦੀ ਹੋ ਸਕਦਾ ਸੀ ਵੀ ਮੈਂ ਪਾਰਟੀ ਚ ਹੋਵਾਂ ਤੇ ਮੇਰੇ ਹੱਥੇ ਮੈਂ ਜੋ ਕਹਿਣਾ ਸਾਂ ਮੈਂ 60 ਸਾਲਾਂ ਦੀ ਅਕਾਲੀ ਦਲ ਚ ਰਿਹਾ ਮੈਂ ਜੋ ਕੁਛ ਅੱਜ ਤੱਕ ਕਿਹਾ ਕਦੀ ਕੁਛ ਕਿਹਾ ਬਾਦਲ ਨੂੰ ਕਿਹਾ ਦੂਸਰੇ ਨੂੰ ਕਿਹਾ ਉਸ ਪ੍ਰਵਾਨ ਹੋਇਆ ਮੈਂ ਕੋਈ ਗਲਤ ਗੱਲ ਕਦੀ ਕਹਿੰਦਾ ਨਹੀਂ ਸਾਂ ਠੀਕ ਹੈ ਇਹ ਕਿਵੇਂ ਹੋ ਸਕਦਾ ਮੈਨੂੰ ਸਭ ਕੁਛ ਹੋਰ ਚੱਲਦੇ ਰਹਿੰਦੇ ਇਹ ਕਿਵੇਂ ਐਵੇਂ ਗੱਲਾਂ ਨੇ ਲੋਕਾਂ ਦੀਆਂ ਜਿਹੜੀਆਂ ਉਹ ਆਪਾਂ ਕੀ ਕਰ ਸਕਦੇ ਠੀਕ ਹੈ ਚਲੋ ਬ੍ਰਹਮਪੁਰਾ ਸਾਹਿਬ ਇੱਕ ਮਿੰਟ ਲਈ ਅਸੀਂ ਭੁੱਲ ਜਾਣਾ ਕਿ ਜੋ ਹੋਇਆ ਸੀ ਉਹਨੂੰ ਆਪਾਂ ਇੱਕ ਮਿੰਟ ਲਈ ਭੁੱਲ ਜਾਂਦੇ ਹਾਂ ਹੁਣ ਤੁਹਾਡੀ ਕੀ ਮਿਸ਼ਨ ਸਟੇਟਮੈਂਟ ਹੈ ਹੁਣ ਪੰਜਾਬ ਨੂੰ ਅਗਰ ਅਸੀਂ ਪਟਰੀ ਤੇ ਲਿਆਉਣਾ ਹੈ ਕੀ ਹੈ ਤੁਹਾਡੇ ਜ਼ਿਹਨ ਦੇ ਵਿੱਚ ਕੀ ਕਰ ਸਕਦੇ ਹਾਂ ਕੀ ਸਾਨੂੰ ਕਰਨਾ ਚਾਹੀਦਾ ਅਸੀਂ ਆਪਣੀ ਪਾਰਟੀ ਜਿਹੜੀ ਆ ਉਹਨੂੰ ਮਜ਼ਬੂਤ ਕਰ ਰਹੇ ਹਾਂ ਉਹਦੀ ਭਰਤੀ ਕਰ ਰਹੇ ਹਾਂ ਭਰਤੀਆਂ ਛਪਾਈਆਂ ਵਾ ਔਰ ਅਸੀਂ ਸਾਰੇ ਪੰਜਾਬ ਦੇ ਵਿੱਚ ਲੋਕਾਂ ਨੂੰ ਭਰਤੀ ਕਰਕੇ ਲੋਕਾਂ ਨੂੰ ਲਾਮਬੰਦ ਕਰਾਂਗੇ ਸਾਡਾ ਮੁੱਦਾ ਇੱਕੋ ਹੀ ਆ ਸਾਡਾ ਮੁੱਦਾ ਕੋਈ ਅਕਾਲੀ ਦਲ ਦੇ ਖਿਲਾਫ਼ ਕੋਈ ਮੁੱਦਾ ਨਹੀਂ ਗਾ ਕਈ ਲੋਕ ਕਹਿੰਦੇ ਨੇ ਜੀ ਤੁਸੀਂ ਅਕਾਲੀ ਦਲ ਤੋਂ ਵੱਖਰੇ ਹੋਏ ਅਸੀਂ ਵੱਖਰੇ ਕਿੱਥੋਂ ਹੋਗੇ ਅਸੀਂ ਤੇ ਉਸ ਪਰਿਵਾਰ ਤੋਂ ਵੱਖਰੇ ਹੋਏ ਹਾਂ ਜਿਹਨਾਂ ਨੇ ਸਾਲ ਤੱਕ ਕਈ ਮਾਣ ਮਰਜ਼ਾਦਾ ਨੂੰ ਮਿੱਟੀ ਦੇ ਵਿੱਚ ਮਿਲਾ ਦਿੱਤਾ ਵਾ ਜਿਹਨਾਂ ਨੇ ਸ਼੍ਰੋਮਣੀ ਕਮੇਟੀ ਗੋਲਕਾ ਤੇ ਕਬਜ਼ਾ ਕੀਤਾ ਡਿਕਟੇਟਰਸ਼ਿਪ ਪਾਰਟੀ ਕਾਇਮ ਕਰ ਦਿੱਤੀ ਆ ਸਾਧ ਨੂੰ ਜਿਹੜਾ ਬਣਾ ਮੰਗਿਆ ਮਾਫ਼ੀ ਦਿੱਤੀ ਆ ਇਹਨਾਂ ਨੇ ਗੋਲੀਆਂ ਚਲਾ ਕੇ ਉਹਨਾਂ ਨੂੰ ਸ਼ਹੀਦ ਕੀਤਾ ਵਾ ਔਰ ਕਿਸੇ ਬੰਦੇ ਨੂੰ ਫੜਿਆ ਨੀ ਔਰ ਵੋਟਾਂ ਦੀ ਖਾਤਰ ਖੜੇ ਕਰੋਗੇ ਤੁਹਾਡੇ ਕੋਲ ਲੀਡਰ ਕਿਹੜੇ ਕਿਹੜੇ ਨੇ ਕੋਈ ਅਜਿਹੇ ਨਾਂ ਜਿਹੜੇ ਜੋ ਤੁਹਾਡੀ ਲਿਸਟ ਦੇ ਵਿੱਚ ਹੋਣ ਕਿ ਇਹਨਾਂ ਨਾਲ ਮੇਰੀ ਗੱਲ ਚੱਲ ਰਹੀ ਹੈ ਜਿਹਨੇ ਜੋ ਪਾਰਟੀਆਂ ਤੋਂ ਵੀ ਬਾਗੀ ਹੋਏ ਜਿਹਨਾਂ ਵਿੱਚ ਸੁੱਚਾ ਸਿੰਘ ਛੋਟੇਪੁਰ ਸੁਖਪਾਲ ਖਹਿਰਾ ਧਰਮਵੀਰ ਗਾਂਧੀ ਵਰਗੇ ਨਾਮ ਨੇ ਕਿ ਤੁਸੀਂ ਉਹਨਾਂ ਨਾਲ ਵੀ ਗੱਲਬਾਤ ਕਰ ਰਹੇ ਹੋ ਉਹਨਾਂ ਨਾਲ ਵੀ ਤੁਹਾਡੀ ਜਿਹੜੀ ਹੈਗੀ ਹੈ ਸਾਂਠ ਗਾਂਠ ਹੋ ਰਹੀ ਹੈ ਗੱਲਬਾਤ ਸਾਰੇ ਕਰਦੇ ਨੇ ਧਰਮ ਗਾਂਧੀ ਆ ਉਹਦਾ ਤੇ ਆਪਣਾ ਵੀ ਪ੍ਰੋਗਰਾਮ ਆ ਉਹ ਤਾਂ ਮੇਰਾ ਨਹੀਂ ਖਿਆਲ ਕਿਸੇ ਪਾਰਟੀ ਦੇ ਵਿੱਚ ਹੋਰ ਧਰਮ ਦੇ ਖਿਆਲਾਂ ਦਾ ਬੰਦਾ ਵਾ ਬਾਕੀ ਦੂਰਿਆਂ ਨਾਲ ਗੱਲਬਾਤ ਚੱਲਦੀ ਆ ਸਾਰਿਆਂ ਨੂੰ ਇਹੋ ਬੇਨਤੀ ਕਰ ਰਹੇ ਇਕੱਠੇ ਹੋ ਜਾਓ ਇਕੱਲੇ ਇਕੱਲੇ ਆਪਾਂ ਸਾਰੇ ਪੰਜਾਬ ਦਾ ਵੀ ਅੱਗੇ ਨੁਕਸਾਨ ਕੀਤਾ ਹੁਣ ਦਾ ਨੁਕਸਾਨ ਕਰੀਏ ਤੇ ਤੁਸੀਂ ਤਾਂ ਜਿਹੜੇ ਵੀ ਕਰਕੇ ਵੇਖ ਰਹੇ ਹੋ ਇਹ ਆਪਣੇ ਉੱਤੇ ਵੇਖੇ ਗੱਲ ਕਰੋ ਇਕੱਠੇ ਹੋ ਜੋ ਇਕੱਠੇ ਹੋ ਕੇ ਲੜਾਈ ਲੜੀਏ ਗੱਲਬਾਤ ਹੀ ਹੋ ਰਹੀ ਹੈ ਜੇ ਵੋਟਾਂ ਦੇ ਵਿੱਚ ਬੜਾ ਲੰਮਾ ਸਮਾਂ ਇੱਕ ਸਾਲ ਪਿਆ ਡਿਵੈਲਪਮੈਂਟ ਬੜੀਆਂ ਹੋਣੀਆਂ ਅਜੇ ਤਾਂ ਕੁਛ ਨੀ ਹੋਇਆ ਅਜੇ ਤੇ ਘਰੋਂ ਬੈਠੇ ਚੀਰ ਚੜਦੇ ਕਲੋਨਾ ਰੱਖਾ ਲੋਕ ਬਹੁਤ ਇਕੱਠ ਨੀ ਹੁੰਦੇ ਵਿਰੋਧੀ ਹੋ ਗਏ ਅੱਜ ਕੋਈ ਵੀ ਅਗਰ ਮੈਂ ਗੱਲ ਕਰਾਂ ਸਿੱਖ ਡਾਇਸਪੋਰਾ ਜਿਹੜਾ NRI ਭਰਾ ਨੇ ਅਗਰ ਉਹਨਾਂ ਨਾਲ ਗੱਲ ਕਰੀਏ ਸ਼੍ਰੋਮਣੀ ਅਕਾਲੀ ਦਲ ਦੀ ਤਾਂ ਉਹ ਕਹਿੰਦੇ ਨੇ ਕਿ ਨਹੀਂ ਹੈ ਤੇ ਇਹ ਉਹ ਪਾਰਟੀ ਨਹੀਂ ਹੈ ਜਿਹਨਾਂ ਸਿਧਾਂਤਾਂ ਦੇ ਉੱਤੇ ਇਸ ਪਾਰਟੀ ਦੀ ਸ਼ੁਰੂਆਤ ਹੋਈ ਸੀਗੀ ਕਾਫੀ ਸਾਰੇ ਕਾਲਰਸ ਨੇ ਉਹਨਾਂ ਦੇ ਵੀ ਸਵਾਲ ਸੁਣ ਲੈਣੇ ਆ ਬ੍ਰਹਮਪੁਰਾ ਸਾਹਿਬ ਫਿਰ ਮੈਂ ਤੁਹਾਡੇ ਕੋਲ ਆਵਾਂਗਾ ਵਾਪਸ ਸਤਿ ਸ਼੍ਰੀ ਅਕਾਲ ਜੀ ਤੁਸੀਂ ਆਉਣੇ ਰਹੋ ਕੌਣ ਬੋਲ ਰਹੇ ਕਿੱਥੋਂ ਬੋਲ ਰਹੇ ਮੈਂ ਜਸਵਿੰਦਰ ਸਿੰਘ ਨਿਊ ਜਰਸੀ ਤੋਂ ਬੋਲ ਰਿਹਾ ਜੀ ਜੀ ਜਸਵਿੰਦਰ ਸਿੰਘ ਜੀ ਕੀ ਸਵਾਲ ਹੈ ਤੁਹਾਡਾ ਮੇਰਾ ਸਵਾਲ ਇਹ ਆ ਕਿ ਅੱਜ ਬੜਾ ਸਪਸ਼ਟ ਹੋ ਗਿਆ ਜੀ ਕਿ ਅਕਾਲੀ ਦਲ ਤਿੰਨ ਅਕਾਲੀ ਦਲ ਬਣ ਗਏ ਹੁਣ ਪੰਜਾਬ ਦੇ ਵਿੱਚ ਜੀ ਤੇ ਦੋ ਅਕਾਲੀ ਦਲ ਬੜੇ ਕਲੀਅਰਲੀ ਉਹ ਭਾਰਤੀ ਜਨਤਾ ਪਾਰਟੀ ਦੇ ਹੀ ABD ਮਾਨੇ ਜੀ ਜੀ ਇਹਨਾਂ ਉੱਤੇ ਹੁਣ ਮੈਂ ਇਹਨਾਂ ਨੂੰ ਕਹਿਣਾ ਚਾਹੁੰਦਾ ਕਿ ਇਹਨਾਂ ਉੱਤੇ ਇਤਿਹਾਸਕ ਜ਼ਿੰਮੇਵਾਰੀ ਆ ਗਈ ਆ ਕਿ ਉਹ ਅਕਾਲੀ ਦਲ ਦੀਆਂ ਜ਼ਿੰਮੇਵਾਰੀਆਂ ਨਿਭਾਉਣ ਕਿਉਂਕਿ ਅਕਾਲੀ ਦਲ ਉਹ ਪਾਰਟੀ ਆ ਜਿਹਨੇ ਹਿੰਦੁਸਤਾਨ ਦੀ ਆਜ਼ਾਦੀ ਦੀ ਪਹਿਲੀ ਲੜਾਈ ਜੈਤੋਂ ਦੇ ਮੋਰਚੇ ਵਿੱਚ ਜਿੱਤੀ ਸੈਕੂਲਰ ਲੜਾਈ ਆਜ਼ਾਦੀ ਦੀ ਲੜਾਈ ਤੇ ਹੁਣ ਹਿੰਦੁਸਤਾਨ 'ਚ ਦੂਜੀ ਲੜਾਈ ਸ਼ੁਰੂ ਹੋਈ ਆ ਜਦੋਂ ਫਾਸਿਜ਼ਮ ਅੱਗੇ ਆ ਰਿਹਾ ਮੋਦੀ ਜਿਹੜਾ ਵਾ ਉਹ ਡਿਕਟੇਟਰਸ਼ਿਪ ਕਾਇਮ ਕਰ ਰਿਹਾ ਵਾ ਤੇ ਇਹਨਾਂ ਨੂੰ ਚਾਹੀਦਾ ਸਾਰੀਆਂ ਸ਼ਕਤੀਆਂ ਨੂੰ ਨਾਲ ਲੈ ਕੇ ਆਉਣ ਵਾਲਾ ਨਵਾਂ ਸਮੇਂ ਦੇ ਜਿਹੜਾ ਟੈਗ ਆ ਨਿੱਕੀ ਨਿੱਕੀਆਂ ਗੱਲਾਂ ਦੇ ਬਹੁਤ ਥੱਲੇ ਦੀਆਂ ਰਹਿ ਜਾਣੀਆਂ ਪੰਜਾਬ ਹਿੰਦੁਸਤਾਨ ਦੇ ਵਿੱਚ ਤੇ ਪੰਜਾਬ ਵਿੱਚ ਮੋਦੀ ਇੱਕ ਇੱਕ ਪਾਰਟੀ ਦਾ ਰਾਜ ਸਥਾਪਿਤ ਕਰਨਾ ਚਾਹੁੰਦਾ ਹਿੰਦੂਤਵ ਰੱਖਣਾ ਚਾਹੁੰਦਾ ਤੇ ਬਾਕੀ ਪਾਰਟੀਆਂ ਤੇ ਬਾਕੀ ਜਿਹੜੇ ਰਿਲੀਜਨ ਆ ਉਹਨਾਂ ਨੂੰ ਖਤਮ ਕਰਨਾ ਚਾਹੁੰਦਾ ਇਹ ਸਾਰੇ ਨੂੰ ਲੈ ਕੇ ਉਹਨਾਂ ਨੂੰ ਲੜਾਈ ਦੇਣ ਤੇ ਜਿਹੜੇ ਵੀ ਪੰਜਾਬ ਦੇ ਵਿੱਚ ਜਿੰਨੇ ਵੀ ਸਾਰੇ ਤੀਲਾ ਤੀਲਾ ਇਕੱਠੇ ਕਰਕੇ ਤੇ ਉਹਨੂੰ ਲੜਾਈ ਦੇਣ ਆਉਣ ਵਾਲੀ ਅਸੈਂਬਲੀ ਚ ਵੀ ਇਲੈਕਸ਼ਨ ਚ ਵੀ ਤੇ ਪਾਰਲੀਮੈਂਟਾਂ ਚ ਜੀ 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 ਮਿਹਰਬਾਨੀ ਤੁਹਾਡੀ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ ਸਤਿ ਸ਼੍ਰੀ ਅਕਾਲ ਜੀ ਤੁਸੀਂ ਆਉਣੇ ਰਹੋ ਕੌਣ ਬੋਲ ਰਹੇ ਕਿੱਥੋਂ ਬੋਲ ਰਹੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਜੀ ਕੀ ਸਵਾਲ ਹੈ ਤੁਹਾਡਾ
हाँ मैं इतों शिकागो तो बोल रहे हैं जी। जी की कहना चाहोगे? हाँ मेरा सवाल है इन्हों ब्रह्मपुरा साहब नो जी जो अज का प्रेजेंट टाइम चल रहा है अपने अकाली दल च बड़ी भज दौड़ पई है। तीन चार इन्हों के ग्रुप बन गए हैं जी और ये कह रहे हैं कि असं सारे कट्ठे हो जाएंगे। जी ये तो गल नहीं हो सकती भी जिवें हालात असं देख रहे हैं भाई सुखबीर सिंह बादल पार्टी नहीं छेगा। अगर उन्हें छड़नी होंगी तो इन्हों बहर क्ढ़ की लड़ नहीं सी। जी ये जो अपन अपन पार्टियां बना लिया ढींसा साहब ने अपनी बना ली इन्होंने अपनी बना ली उधरों एक अमृतसर अकाली बनया ये तीन तो कट्ठे नहीं हो सकते। जी और ये अगर जिन्ना चेर कट्ठे नहीं होंगे तो एक किवें चुनौती देंगे। बाकी है कि अज का टाइम है सिखा से वह बहुत एक सेंसिटिव टाइम है उधरों जोड़े अजकल वो बयानबाजी कर रहे हैं भाई गोबिंद रामायण गुरु गोबिंद सिंह ने लिख दी थी वो वास्ते तो इन्होंने बंद चो मैनू तिना चो कोई बोलता नजर नहीं आया कि इन्होंने लोगों का वोट पंजाब चो किवें इकट्ठा करना जेड़े मसले हैं ये वो बोलते नहीं गे आपस एक दूसरे में लड़ी जाने ठीक है। वोटर साहब समझते हैं वोटर मैं इस पार्टी समझ गया थोड़ा सवाल समझ गया सर थोड़ा सवाल मैं पूछ लेना ब्रह्मपुरा साहब ब्रह्मपुरा साहब तुसी सुन लिया फिलहाल एक ब्रेक लिए इतने रुक रहे हो जब ब्रेक तो बाद असं वापस आवेंगे साढ़े कॉलरस जिन्होंने सवाल पूछे वो भी जवाब असं ब्रह्मपुरा साहब तो लवेंगे और कई सारे होर भी जो सवाल ने इस टाइम जहन के चल रहे हैं रखांगे मुद्दे इसी तरीके जारी मिलते हैं ब्रेक तो बाद। ब्रेक तो बाद स्वागत है लैके चलते हैं सीधा ब्रह्मपुरा साहब के कोल और उन्होंने कई सारे सवाल जोड़े ने साढ़े कॉलरस ने भी पूछे उन्होंने सवालों के उत्ते जवाब ले लेने। ब्रह्मपुरा साहब सब तो पहला तो सवाल साढ़े कॉलर का सगा कि जोड़ा एक एजेंडे के तौर पर सरकार काम कर रही है हिंदू राष्ट्र एजेंडे की गल लंबे समय तो सामने आ रही थी लेकिन हुण हौली हौली जिवें लगभग यह तय हो रहा है कि उसी एजेंडे के वल बीजेपी सरकार तुर रही हैगी है और उन्हों की जी दखलअंदाजी आर एस एस की साढ़े गुरद्वारा साहबाना उत्ते उत्ते निजी तौर पर की स्टैंड है तुहाडी पार्टी का श्रोमणी अकाली दल टकसालियों का की स्टैंड है मैं वह जानना चाहवागा थोड़े तो। देखो जी जरा हिंदूवाद की गल बिल्कुल थोड़ी सच्ची गल आ सारे मिनोरिटी जड़िया ने बड़िया फिक्रमंद ने चिंता के और हौली हौली पंजाब भी अपना राज नहीं बनाना चाहते बल्कि इतने भी सारे सिखा डोमीनेट करके अपनी पार्टी के लिया चाहते ने बाकी अपनी सोचना भी वो तोड़ना चाहते हैं लेकिन ये गल बहुत चिंता का विषय वा ये पता नहीं हो सकती है कि नहीं हो सकती लेकिन उन्होंने कोशिश यो है जी सारी विचारधारा पार्टी की अभी तो मुड़ तो भी मैं पार्टी से रह के भी सारिया गल करता रहा हूँ तो खैर मेरी अपनी पार्टी है मैं खुल के गल कर देना कि जो ढींसा जी ने पार्टी बनाई तो मैनू पता सी कि ढींसा जी के पिछले बंदे जी वो भारतीय जनता पार्टी काम करती क्योंकि मैं भी 5 साल पार्लीमेंट लोग सभा च रहा और मैं ग्रुप लीडर सा एन डी ए दिया मीटिंगा मोदी साहब शाह जिले जिम्मेवार बंदे 15-16 वो हर महीने एक दो मीटिंग सारिया होती 5 साल मैं उत्थे ही रहा मैं आखा मीट से थोड़ा रहा मैं सब पता तो इस करके भी सा थोड़ा जहा इंतजार से कल जो गल आई कि भारतीय जनता पार्टी ने अपन चला बादलों भी उन्होंने चला फिर अपनी फिर क्यों की जवाब लोगों को देव तो ये मेरे मन के गल थी लेकिन उस तो पहले ही वो पार्टी जी अपनी बना चले गए तो साढ़ा तो स्पष्ट राय ये है कि जो कुछ वो गेम खेल रहे हैं हिंदुस्तान के खास करके हम पंजाब वो बहुत मंदभागी है लोगों को अखा खोल के रखनी चाहिए और उन्होंने हर तरीके इस गल मोदी साहब को लैके तुहानू की लगता कि उन्होंने की विचारधारा हैगी है क्योंकि तुसी उन्होंने बयान और उन्होंने जिहड़ी डेली प्रेस कॉन्फ्रेंस भी हैगी है वेखते रहते हो भारत दे विच की लगता कि प्रधानमंत्री के तौर पर उन्होंने की विचारधारा हैगी है। देखो जी जितों तक मैं वेख्या 5 साल मैं उत्थे रहा मैं उन्होंने हर 15-20 दिन बाद जितों तक से जाति तौर पर आ कि एक ईमानदार लीडर है पर जिथों तक आर एस एस का संबंध आ अकाल तख्त साहिब विखे तक भी उन्होंने कूच कर ली आर एस एस ने और दखलअंदाजी उन्होंने पूरी हैगी है।
ਨਹੀਂ ਮੈਨੂੰ ਇਹ ਕਾਲ ਤਖਤ ਸਾਹਿਬ ਬਾਰੇ ਤਾਂ ਪਤਾ ਨਹੀਂ ਵੀ ਉਹਨਾਂ ਦੇ ਨਾਲ ਕੋਈ ਦਖਲਅੰਦਾਜ਼ੀ ਆ, ਪਰ ਦਖਲਅੰਦਾਜ਼ੀ ਉਹਨਾਂ ਦੀ ਜ਼ਰੂਰ ਹੈਗੀ ਆ, ਬਹੁਤ ਵੱਡੇ ਲੈਵਲ ਦੇ ਉੱਤੇ ਉਹਨਾਂ ਦੀ ਦਖਲਅੰਦਾਜ਼ੀ। ਜਦੋਂ ਸਾਡੀ ਸਰਕਾਰ ਦੇ ਸਹੀ ਤਾਂ ਉਦੋਂ ਵੀ ਤਾਂ ਰੌਲਾ ਪੈਂਦਾ ਹੁੰਦਾ ਸੀ ਤੇ ਇਹਨਾਂ ਨੂੰ ਤੇ ਵੱਡੇ ਲੈਵਲ ਤੇ ਤੁਹਾਨੂੰ ਲੱਗਦਾ ਹੈ, ਵੱਡੇ ਲੈਵਲ ਤੇ ਤੁਹਾਨੂੰ ਲੱਗਦਾ ਕਿ ਦਖਲਅੰਦਾਜ਼ੀ ਹੈਗੀ ਹੈ? ਕੀ ਦਖਲਅੰਦਾਜ਼ੀ ਹੈ, ਕੀ ਦਖਲਅੰਦਾਜ਼ੀ ਹੈ? ਦਖਲਅੰਦਾਜ਼ੀ ਇਹੋ ਜਿਹਾ ਗੁਰਦੁਆਰਾ ਸਾਹਿਬਾਨਾਂ ਦੇ ਵਿੱਚ ਉਹਨਾਂ ਦੀ ਕੀ ਦਖਲ ਅੰਦਾਜ਼ੀ ਹੈ, ਕੀ ਕਰਦੇ ਨੇ ਉਹ? ਤੁਸੀਂ ਦਿੱਲੀ ਜਾਂਦੇ ਰਹਿੰਦੇ ਹੋ, ਦਿੱਲੀ ਦਿੱਲੀ ਤੁਸੀਂ ਜਾਂਦੇ ਰਹਿੰਦੇ ਹੋਗੇ ਜਦ ਤੁਸੀਂ MP ਸੀਗੇ, ਤੁਹਾਡੀ ਜਿਹੜੀ ਹੈ ਉਹਨਾਂ ਦੇ ਮਨਿਸਟਰਸ ਦੇ ਨਾਲ ਜਿਹੜੀ ਹੈ ਉਹ ਮੀਟਿੰਗਸ ਹੁੰਦੀ ਰਹਿੰਦੀਆਂ ਹੋਣਗੀਆਂ, ਉਹਨਾਂ ਦਾ ਏਜੰਡਾ ਤੁਹਾਨੂੰ ਸਮਝ ਆਉਂਦਾ ਹੋਏਗਾ, ਪਰ ਤੁਹਾਨੂੰ ਲੱਗਦਾ ਕਿ ਬਹੁਤ ਵੱਡੇ ਪੱਧਰ 'ਤੇ ਕੁਝ ਨਾ ਕੁਝ ਉਹ ਕਰ ਰਹੇ ਨੇ, ਕੀ ਕਰ ਰਹੇ ਨੇ? ਜੋ ਕੁਛ ਉਹ ਕਰ ਰਹੇ ਨੇ ਸਾਰਾ ਸੀਕਰਟ ਕਰ ਰਹੇ ਨੇ, ਓਪਨ ਕੁਛ ਨਹੀਂ ਕਰਦੇ। ਓਪਨ ਤਾਂ ਉਹ ਗੱਲ ਕਰਦੇ ਨੇ ਜਿਹੜੀ ਉਹਨਾਂ ਨੇ ਜਿਹੜੇ ਕੀਤੀਆਂ ਬਣਿਆ, ਉਹਨਾਂ ਦਾ ਗੁਜ਼ਾਰਾ ਨਹੀਂ। ਉਹ ਇਹ ਚਾਹੁੰਦੇ ਨੇ ਕਿ ਇਹ ਜਿਹੜਾ ਹਿੰਦੁਸਤਾਨ ਹੈ ਹਿੰਦੂ ਰਾਸ਼ਟਰ ਬਣੇ, ਇੱਥੇ ਜੋ RS ਵਾਲੇ ਕਹਿਣ ਉਹ ਕਾਨੂੰਨ ਬਣੇ, ਉਹੋ ਜਿਹੇ ਕਾਨੂੰਨ ਲੋਕਾਂ ਦੇ ਲਾਗੂ ਹੋਣ, ਤੇ ਆਹ ਜਿਹੜੀਆਂ ਮਿਨੋਰਟੀਜ਼ ਹੈ ਇਹਨਾਂ ਨੂੰ ਕ੍ਰਸ਼ ਕਰ ਦਈਏ, ਤੇ ਇਹ ਸਭ ਕੁਛ ਜਿਹੜਾ ਵਾ ਇਹ ਆਪਣੇ ਹੱਥ ਦੇ ਵਿੱਚ ਸਾਰੀਆਂ ਗੱਲਾਂ। ਅਤੇ ਸ਼੍ਰੋਮਣੀ ਅਕਾਲੀ ਦਲ ਟਕਸਾਲੀ, ਯਾਨੀ ਕਿ ਤੁਹਾਡੀ ਪਾਰਟੀ ਦੇ ਉੱਤੇ ਵੀ ਇਹ ਇਲਜ਼ਾਮ ਲਾਏ ਜਾਂਦੇ ਨੇ, ਤੁਸੀਂ ਵੀ BJP ਦੀ ਜਿਹੜੀ ਹੈ ਬੀ ਟੀਮ ਹੋ? ਸਾਡੇ ਤੇ ਲਾਏ ਜਾਂਦੇ, ਮੇਰਾ ਨਹੀਂ ਖਿਆਲ ਵੀ ਇਹੋ ਜਿਹੀ, ਮੈਂ ਤਾਂ ਕੋਈ ਗੱਲ ਨਹੀਂ ਸੁਣੀ, ਲੋਕਾਂ ਨੂੰ ਸਭ ਪਤਾ ਵਾ ਬਈ ਅਸੀਂ ਬੀ ਟੀਮ ਤੇ ਪਹਿਲੀ ਹੈ ਜੀ। ਜੇ ਬੀ ਟੀਮ ਬਣਨਾ ਹੁੰਦਾ ਤੇ ਅਸੀਂ ਬਾਦਲ ਸਾਹਿਬ ਦੇ ਅਕਾਲੀ ਦਲ ਦੀ ਸਾਨੂੰ ਕੀ ਤਕਲੀਫ ਸੀ? ਔਰ ਸਾਡੇ ਖੁੱਲ੍ਹ ਨੇ ਸਾਡੀ ਕੁਰਸੀ ਰਹਿੰਦੀ, 7 ਸਾਲ ਮੇਰੇ ਰਾਜਨੀਤੀ 'ਚ ਹੋ ਗਿਆ, 12 ਸਾਲ ਮੈਂ ਕੈਦ ਕੱਟੀ ਆ, ਲੰਬਾ ਤੁਸੀਂ ਸਮਾਂ ਬਿਤਾਇਆ। ਬਾਦਲ ਸਾਹਿਬ ਦਿੱਲੀ ਆਉਂਦੇ ਜਾਂਦੇ ਸੀਗੇ, ਉਹਨਾਂ ਦੇ ਵੀ ਜਦ ਅਟਲ ਬਿਹਾਰੀ ਵਾਜਪਾਈ ਪ੍ਰਧਾਨ ਮੰਤਰੀ ਸੀਗੇ, ਉਹਦੇ ਵਿੱਚ ਵੀ ਉਹਨਾਂ ਨੇ ਮਿਨਿਸਟਰੀ ਆਪਣੀ ਸਾਂਭੀ, ਤਾਂ ਤੁਹਾਡੀ ਨੇੜਤਾ ਨਾਲ ਉਹਨਾਂ ਦਾ ਸੰਬੰਧ ਹੈਗਾ, ਤੇ ਕੀ ਕਾਰਨ ਹੋ ਗਏ ਕਿ ਉਹਨਾਂ ਦੇ ਜਿਹੜੇ ਕਬਜ਼ੇ ਨੇ ਗੁਰਦੁਆਰਾ ਸਾਹਿਬਾਨਾਂ ਦੇ ਉੱਤੇ ਹੋ ਗਏ, ਅਤੇ ਤੁਹਾਨੂੰ ਲੱਗਦਾ ਕਿ ਕੇਂਦਰ ਸਰਕਾਰ ਵੱਲੋਂ RSS ਨੇ ਹੀ ਕਬਜ਼ਾ ਕੀਤਾ ਹੋਇਆ ਔਰ ਚਿਹਰਾ ਜਿਹੜਾ ਹੈਗਾ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੂੰ ਬਣਾਇਆ ਹੋਇਆ? ਵੇਖੋ ਜੀ, ਜਿਹੜਾ ਕਿ ਅਸੀਂ ਬਾਦਲ ਸਾਹਿਬ ਵੱਡੇ ਰਹੇ ਆ, ਉਹਨਾਂ ਚਿਰ ਤੇ ਪਾਰਟੀ ਦੇ ਵਿੱਚ ਚਲੋ ਕਿਸੇ ਤਰ੍ਹਾਂ ਵੀ ਆ ਰੌਲਾ ਰੱਪਾ ਨਹੀਂ ਪਿਆ, ਖਿਲਾਫ਼ ਉਦੋਂ ਵੀ ਹੈਗੇ ਸੀ, ਲੇਕਿਨ ਜਦੋਂ ਸੁਖਬੀਰ ਬਾਦਲ ਬਣਿਆ ਉਹਨੇ ਵੀ ਤੁਸੀਂ ਆ ਵੇਖੋ ਰੋਜ਼ ਹੀ ਅਖਬਾਰਾਂ ਦੇ ਵਿੱਚ ਮਾਰ ਲਿਆ, ਲੁੱਟ ਲਿਆ, ਰੇਤਾ ਬਜਰੀ ਟ੍ਰਾਂਸਫਾਰਮਰ ਮਾਫੀਆ ਆ ਹੋ ਗਿਆ ਆ ਹੋ ਗਿਆ, ਤੇ ਇਹਦਾ ਹੀ ਕਾਰਨ ਹੈ ਕਿ 2017 ਦੀਆਂ ਇਲੈਕਸ਼ਨਾਂ ਦੇ ਵਿੱਚ ਸਾਨੂੰ 15 ਸੀਟਾਂ ਕੇਵਲ ਮਿਲੀਆਂ। ਮੇਰਾ ਅਕਾਲੀ ਦਲ ਦੀ ਹਿਸਟਰੀ ਦੇ ਵਿੱਚ ਬ੍ਰਹਮਪੁਰ ਸਾਹਿਬ, ਮੇਰੇ ਸਵਾਲ ਦਾ ਜਵਾਬ ਨਹੀਂ ਆਇਆ, ਮੈਂ ਤੁਹਾਨੂੰ ਪੁੱਛ ਰਿਹਾ, ਪ੍ਰਕਾਸ਼ ਸਿੰਘ ਬਾਦਲ, ਤੁਸੀਂ ਕਿਹਾ ਕਿ ਉਹਨਾਂ ਦਾ ਜਿਹੜਾ ਕਬਜ਼ਾ ਗੁਰਦੁਆਰਾ ਸਾਹਿਬਾਨਾਂ ਦੇ ਉੱਤੇ ਹੋਇਆ ਹੋਇਆ, SGPC ਦੇ ਵਿੱਚ ਉਹਨਾਂ ਦਾ ਕਬਜ਼ਾ ਹੈਗਾ, ਅਤੇ ਤੁਹਾਨੂੰ ਲੱਗਦਾ ਕਿ ਉਹਨਾਂ ਦਾ ਕਬਜ਼ਾ ਇਸ ਕਰਕੇ ਹੈਗਾ ਕਿਉਂਕਿ ਪਿੱਛੇ ਤੋਂ ਹੱਲਾਸ਼ੇਰੀ ਜਿਹੜੀ ਹੈਗੀ ਹੈ RSS ਵੱਲੋਂ ਉਹਨਾਂ ਨੂੰ ਮਿਲ ਰਹੀ ਹੈ, ਇਸ ਕਰਕੇ ਉਹਨਾਂ ਦਾ ਕਬਜ਼ਾ ਰਿਹਾ ਔਰ ਉਸ ਕਬਜ਼ੇ ਨੂੰ ਜਿਹੜਾ ਹੈਗਾ ਕੋਈ ਹੋਰ ਜਿਹੜਾ ਹੈਗਾ ਉਹ ਪੂਰਾ ਨਹੀਂ ਕਰ ਸਕਿਆ ਜਾਂ ਫਿਰ ਉਹਦੇ ਉੱਤੇ ਜਿੱਤ ਪ੍ਰਾਪਤ ਕਰ ਸਕਿਆ? ਅਤੇ ਇਹਦਾ ਮਤਲਬ ਅਸੀਂ ਇਸ ਗੱਲ ਨੂੰ ਸਮਝੀਏ ਕਿ ਬਹੁਤ ਵੱਡੀ, ਤੁਸੀਂ ਕਿਹਾ ਕਿ ਬਹੁਤ ਵੱਡੀ ਜਿਹੜੀ ਹੈਗੀ ਕੋਈ ਚਾਲ ਚੱਲ ਰਹੀ ਹੈ, ਸੋ ਇਹ ਤਾਂ ਸਾਨੂੰ ਮੰਨਣਾ ਪਏਗਾ ਕਿ ਇਹਦਾ ਮਤਲਬ RSS ਦਾ ਕਬਜ਼ਾ ਹੋ ਰੱਖਿਆ। ਦੇਖੋ ਜੀ, ਮੈਂ ਕੋਈ ਡੈਫੀਨੇਟਲੀ ਤੇ ਮੇਰੇ ਕੋਲ ਪ੍ਰੂਫ ਕੋਈ ਨਹੀਂ ਗਾ, ਤੇ ਮੈਂ ਕੁਛ ਮੀਟਿੰਗ ਹੁੰਦੀ ਨਹੀਂ ਦੇਖੀ, ਮੈਂ ਕੋਈ ਮੇਲ ਮਿਲਾਪ ਨਹੀਂ ਦੇਖਿਆ, ਲੇਕਿਨ ਇਹ ਜਿਹੜੇ ਵੱਡੇ ਲੋਕ ਨੇ ਇਹ ਕੱਲੋ ਕੱਲੀ ਗੱਲਾਂ ਕਰਦੇ ਨੇ, ਇਹ ਤਾਂ ਜੋ ਤੁਸੀਂ ਸਵਾਲ ਕੀਤਾ ਜਾਇਜ਼ ਕੀਤਾ ਕਿ ਸਾਰੀ ਦੁਨੀਆਂ ਕਹਿ ਰਹੀ ਆ ਤੇ RSS ਵਾਲੇ ਜਿਹੜੇ ਆ ਉਹ ਅਕਾਲੀ ਦਲ ਦਾ ਪਹਿਲਾਂ ਵੀ ਲੜੇ ਨੇ ਹੁਣ ਵੀ ਲੜੇ ਆ ਔਰ ਪੰਜਾਬ ਦੇ ਵਿੱਚ ਵੀ ਦਖਲ ਦਿੰਦੇ ਸਾਰੀ। ਤੇ ਤੁਹਾਨੂੰ ਲੱਗਦਾ ਕਿ ਵੱਡੇ ਵੱਡੇ ਬਾਦਲ ਸਾਹਿਬ ਦਾ ਵੱਡੇ ਬਾਦਲ ਸਾਹਿਬ ਦਾ RSS ਦੇ ਨਾਲ ਥੋੜ੍ਹਾ ਜਿਹਾ ਸੌਫਟ ਕਾਰਨਰ ਹੈ, BJP ਦੇ ਨਾਲ ਥੋੜ੍ਹਾ ਜਿਹਾ ਸੌਫਟ ਕਾਰਨਰ ਹੈ, ਇਸ ਕਰਕੇ ਭਾਈਵਾਲ ਹੈਗਾ? ਹੈਗਾ, ਤੇ ਜਦ ਹੈਗਾ ਸੀਗਾ ਬ੍ਰਹਮਪੁਰਾ ਸਾਹਿਬ ਤਾਂ ਤੁਸੀਂ ਉਸ ਟਾਈਮ ਕਿਉਂ ਨਹੀਂ ਗੱਲ ਬੋਲੀ? ਨਹੀਂ ਪਰ ਮੈਂ ਵੀ ਆ ਨਾ, ਸਾਨੂੰ ਤਾਂ ਵੇਖੋ ਅਜੇ ਤੱਕ ਪ੍ਰੂਫ ਤੇ ਸਾਡੇ ਕੋਲ ਕੋਈ ਨਹੀਂ, ਲੇਕਿਨ ਇਹੀ ਹੈ ਨਾ ਵੀ ਜੋ ਤੁਸੀਂ ਕਿਹਾ ਕਿ ਹੈਗਾ, ਇਹਦਾ ਮਤਲਬ ਤੁਸੀਂ ਕੁਝ ਨਾ ਕੁਝ ਤਾਂ ਵੇਖਿਆ ਹੋਣਾ। ਤੁਸੀਂ ਕਿਹਾ ਕੀ ਹੈਗਾ, ਹੁਣੇ ਤੁਸੀਂ ਕਿਹਾ ਕੀ ਹੈਗਾ, ਤੁਸੀਂ ਕੁਛ ਨਾ ਕੁਛ ਤਾਂ ਪ੍ਰੂਫ ਦੇਖਿਆ ਹੋਣਾ ਆਪਣੀ ਅੱਖਾਂ ਤੋਂ, ਤਾਂ ਤੁਸੀਂ ਬੜੇ ਕੌਨਫੀਡੈਂਸ ਦੇ ਨਾਲ ਕਿਹਾ ਕੀ ਹੈਗਾ। ਜਾਂ ਤਾਂ ਤੁਸੀਂ ਕੁਛ ਛੁਪਾ ਰਹੇ ਹੋ ਸਾਡੇ ਨਾਲ, ਜਾਂ ਕੁਛ ਤੁਹਾਨੂੰ ਪਤਾ ਤੁਸੀਂ ਦੱਸਣਾ ਨਹੀਂ ਚਾਹ ਰਹੇ। ਜੀ ਮੈਂ ਬਿਲਕੁਲ ਆਪਣੇ ਬੋਲਦਾ ਵਾ, ਇੱਥੋਂ ਬੋਲਦਾ ਵਾ, ਕਦੀ ਮੈਂ
ਅਜੇ ਵੀ ਲੋਕਾਂ ਦੇ ਲੋਕਾਂ ਦੀਆਂ ਅਫਵਾਹਾਂ ਦੇ ਰਿਹਾ ਜਾਂ ਢੀਂਡਸਾ ਸਾਹਿਬ ਦਾ ਵੀ ਆਰਐਸਐਸ ਨਾਲ ਆ मैं ढींडसा साहब की गल नहीं कर रहा जिन्होंने पंजाब के उत्ते राज किया तुसी उन्हां दे नाल रहे और तुसी मैं अगर कहां शोले पिक्चर की मैनू मूवी याद आती है जय और वीरू वो वाली जोड़ी थोड़ी सी और तुसी क्या कि उन्हां दा रिश्ता हैगा तो किहदे नाल उन्हां दा रिश्ता हैगा वह भी अज साडे दर्शकों नूं दस दवो यह एक वड्डा खुलासा होएगा जिहड़ा तुसी अज करोगे चलो तुसी क्या कि हुण तुसी चाहुंदे हो कि इन्हां दा कब्जा SGPC तो इन्हां दा कब्जा अकाल तख्त साहिब तो इन्हां दा कब्जा पंजाब तो हटे तो किवें हट सकदा है हुण अगर लोग तुहाडे उत्ते विश्वास करन तो किवें विश्वास करनगे की तुहाडा एजेंडा हैगा किवें तुसी हटाओगे वो तो उन्होंने तो तुहानू हटाता पार्टी तो तुसी किवें हटाओगे उन्होंने ये माल तो हम लोग ने खूब पैरों के है लोगों ने फैसला करना हाथ हाथ की गल है सारी जी तुम पहले जो ढींडसे ने भी बना ली तो हम भी बना ली एक अकाली दल वखरा बना वो अकाली दल खराब हम ढींडसा तो अभी दम खा लिया वह भी बादलों के खिलाफ हाँ मैं भी बादलों के खिलाफ अं किसी वेले भी इकट्ठे जोड़े आ बयान जारी कर सकते ब्रह्मपुरा साहब खिलाफ होना और हटाना दोवे वक् वक् गल ने एक तुसी खिलाफ हो इनू सानू पता है पर हटाओगे किवें हटावांगे लोकां नूं नाल लेके लोग थोड़े नाल क्यों आणगे किवें लैके आओगे लोकां नूं नाल ओही मैं तुहानूं बार-बार पुछ रहा कि लोग थोड़े मगर क्यों तुरनगे अहीं अक्सर दी लड़ाई लड़दे आ इस करके आणगे लोकी चाहुंदे आ कि कोई तिज्जा टैर उठे ते इहनां बादलां नूं जिहड़ा वाए इत्थों कढ़ीए लोकी नहीं चाहुंदे दुखी पे ने समा मेरा मतलब होर भावे किसी बने चल जाए लेकिन उन्होंने बेड़ा गर्क कर देने चाहते हो कि बेसिकली पंजाब दे मसले ने जिहड़े निपटाए जाण तो फिर तुसी सुखदेव सिंह ढींडसा होर नाल क्यों नहीं गल कर लेंदे आपसी जिहड़े मतभेद ने उन्होंने सुलझा लो तो दोवें तुसी इकट्ठे चलो जिहड़े एक पावर जिहड़ी तुसी पहलां दिखाई सीगी और पावर मुड़ तो दिखा लो इहदे विच की ईगो कलैश हो रही है तुहाडी नहीं देखो कोई नहीं समाज बड़ा पिया वा इह तुहाडी जिहड़ी मनसा है जो तुसी सोचदे आ ओह बिल्कुल ठीक सोचदे आ गुरु करे इह तरहां नूं शायद आउण वाले समें दे विच हो जावे महाराज ने करना जी 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 तो ब्रह्मपुरा साहब एक सवाल मैं जाते जाते जरूर पूछांगा अज क्यों साढ़े भाईचारे दे विच जिहड़ा साढ़ा भाईचारा सिख भाईचारा इत्थे रहिंदा है अमेरिका दे विच नॉर्थ अमेरिका कैनेडा जिहड़ा बाहरले साढ़े सिख भरा ने उहनां दे विच क्यों अजिहा अपनी इंडिपेंडेंट कंट्री की मंग बार बार उठती है अपनी होमलैंड की मंग बार बार उठती है तुहानूं लगता जिहड़ी खालिस्तान की मंग है वह वाजिब है कि तुहानूं लगता कि वह वाजिब नहीं हैगी श्रोमणी अकाली दल का जरा विधान खालिस्तान की कोई गल नहीं इस करके मैं तो श्रोमणी अकाली दल सिपाही हाँ जो सा विधान है मैं अक्षर खत्ते पैरा देना वा वो खालिस्तान की गल कोई कोई मैं नहीं है तो इस करके सुनते हैं लेकिन इतने एक्टिविटी तो कोई बदला तो है नहीं गा इतने खालिस्तान की कोई गलत कोई कोई करने या रेफरेंडम करते ना कोई रेफरेंडम के हिस्सा लेंदा ना कोई वाजिब नहीं है ਸਾਰੇ ਇਕੱਠੇ ਤਾਂ ਹੈ ਨਹੀਂ ਜੇ ਸਾਰੇ ਇਕੱਠੇ ਹੋ ਗਏ ਤੇ ਫਿਰ ਆ ਜਿਹੜੀਆਂ ਮਾਫ ਕਰਨਾ ਪੰਜਾਬੀ ਚ ਆ ਛੁੱਟੀਆਂ ਸਾਰੇ ਸਰਵਾਈਵੀਆਂ ਵਰਤ ਸਕਦੀਆਂ ਕਦੀ ਇਕੱਠੇ ਨਹੀਂ ਹੈਗੇ ਅਸੀਂ
पर अकाल तख्त साहब के जथेदार ने तो कहता कि खालिस्तान मंगना सिखा का हक है, अन्ना की भाले चार रखा नहीं हक तो बिल्कुल उन्होंने मंगते ने उन्होंने कोई फौज थोड़ा कर दिया करो तगड़े होके तो तगड़े होके ठीक है। तुसी हुणे कहा कि साडी पार्टी का स्टैंड नहीं है, पर तुसी कहा कि तगड़े होके तोरो। चलो खैर आने वाले समय के ब्रह्मपुरा साहब तुहानू मुड़ तो लिया रहेंगे, थोड़ा कर सकते साडा काम है थोड़ा हर एक पार्टी जो अपना प्रोग्राम बनाउंदी ते मुकदे ते साइड कर दे ऐं ते के साडा प्रोग्राम नहीं है। साडा प्रोग्राम जेड़ा श्रोमणी अकाली दल दा एक विधान है ऐं ओदे मुताबिक चल रहे हैं, ओदे विच कोई गल खालिस्तान दी नहीं लिखी तो याद कर। अच्छा ठीक है, जांदे जांदे साडे दर्शकां लई की सुनेहा देना चाहोगे? मैं बेनती कर रही चाहना साडा धन्नवाद है बहुत बहुत, तुसीं दूरों बैठे भी सानू याद रखते जो और दुख सुख के विच जदों सानू लोड़ पैंदी आ तुसीं साडी वध चढ़ के मदद करदे जो, तुसीं अरदास करिया करो हे सच्चे पातशाह पंथ चढ़दी कला दे विच कौम चढ़दी कला दे इहदे विच एकता बलचो नवी पीढ़ी ਜਾਂ ਗੁਰਤਾ ਸਾਹਿਬ ਦੀਆਂ ਬੇੜੀਆਂ ਹੋਈਆਂ ਪਟਿਆਲੇ ਤੋਂ ਗੁਰੂ ਮਹਾਰਾਜ ਦਾ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਚੋਰੀ ਹੋ ਗਈ ਆ ਉਹਦੇ ਵਿਰੁੱਧ ਚ ਅੱਜ ਅਸੀਂ ਜ਼ਿਲ੍ਹੇ ਹੈਡਕੁਆਟਰ ਦੇ ਉੱਤੇ ਬਹੁਤ ਵੱਡੇ ਤਾਦਾਦ ਵਿੱਚ ਲੋਕ ਜਾਣਗੇ ਔਰ ਮੈਮੋਰੈਂਡਮ ਦੇਣਗੇ। ਅੱਜ ਇਹ ਸਾਰਾ ਝੂਠ ਹੀ ਆ, ਅੱਜ ਜਿਹੜੇ ਲੋਕ ਅਕਾਲੀ ਦਲ ਆ ਔਰ ਅਕਾਲੀ ਦਲ ਦੇ ਜਿਹੜੇ ਜਥੇਦਾਰ ਨੇ ਵੱਡੇ ਉਹ ਵੀ ਸ਼ਾਮਿਲ ਹੋ ਰਹੇ ਨੇ ਸਾਰੇ ਜ਼ਿਲ੍ਹੇ ਹੈਡਕੁਆਟਰ। चलो मेहरबानी मेहरबानी थोड़ी रणजीत सिंह ब्रह्मपुरा साहब तुम सा जुड़े और तमाम सवालों के उत्ते जवाब दिए, वे कई खुलासे भी साढ़े नाल किए। सो ऐसे रणजीत रणजीत सिंह ब्रह्मपुरा आने वाले समय के पंजाब की सियासत के की समीकरण होंगे और पंजाब की सियासत के कुछ नवी सरगर्मियां होनगियां इस संबंध के उत्ते असी समय सिर रेंदे वे उत्ते गल करते रहेंगे। फिलहाल जेकर तुम सानू कॉल कर रहे और असी चक नहीं पाए तो मैं माफ़ी चाहवागा, काफ़ी सारी कॉल्स होने के कारण मैं थोड़ी कॉल्स नहीं चक पाया। तुम मैंने ईमेल कर सकते हो harkeerat@justbroadcasting.com info@justbroadcasting.com लियाते रहेंगे नवे मसले, क्योंकि यही तो है अज का मुद्दा। धन्यवाद, सत श्री अकाल।